ਾਰੇ ਦਰਸ਼ਕੋ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਸੀਨੀਅਰ ਆਗੂ ਆ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਰਹੇ ਆ ਉਹ ਕੇਂਦਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਵੀ ਰਹੇ ਆ ਉਹਨਾਂ ਨੇ ਇੱਕ ਮਿਸ਼ਨ ਜਿਹੜਾ ਉਹਨਾਂ ਦੀ ਪਾਰਟੀ ਨੇ ਜੇਪੀ ਨੱਡਾ ਹੋਣਾ ਜਿਹੜੇ ਐਸਵੇ ਦੇ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਨੇ ਜੇਪੀ ਨੱਡਾ ਕਮਿਸ਼ਨ ਬਣਾਇਆ ਵੀ ਅਗਲੀਆਂ ਜਿਹੜੀਆਂ 2022 ਦੀਆਂ ਚੋਣਾਂ ਦੇ ਵਿੱਚ ਇੱਕ ਕਮਿਸ਼ਨ ਲੈ ਕੇ ਅਸੀਂ ਚੱਲਣਾ ਤੇ ਪੰਜਾਬ ਦੇ ਵਿੱਚ ਉਸ ਉਸ ਮਿਸ਼ਨ ਨੂੰ ਸਫਲ ਕਰਨ ਦੇ ਵਿੱਚ ਸਾਪੜਾ ਉਹਨਾਂ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਉਸ ਮਿਸ਼ਨ ਨੂੰ ਅੱਗੇ ਕਿਵੇਂ ਵਧਾਉਂਦੇ ਆ ਇਹਨਾਂ ਦਾ ਕੀ ਪ੍ਰੋਗਰਾਮ ਹੈ ਪਰ ਇਸ ਮਿਸ਼ਨ ਦੇ ਬਾਰੇ ਜਿਹੜੀ ਰਾਏ ਵੱਖੋ ਵੱਖਰੀ ਹੈਗੀ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਕਿਸਾਨ ਅੰਦੋਲਨ ਚੱਲ ਰਿਹਾ ਜਿਨ੍ਹਾਂ ਚ ਇਹਨਾਂ ਦੀ ਸਿਕੰਦਰ ਸਰਕਾਰ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਕਰਦੀ ਕਿਸਾਨੀ ਦੀਆਂ ਮੰਗਾਂ ਨਹੀਂ ਮੰਨਦੀ ਜਾਂ ਜਿਹੜੇ ਤਿੰਨੇ ਖੇਤੀ ਬਿੱਲ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦੀ ਉਨਾ ਚਿਰ ਉਹ ਮਿਸ਼ਨ ਦੇ ਅੱਗੇ ਵਧਣ ਦੀਆਂ ਚਾਂਸੇ ਜਿਹੜੇ ਉਹ ਬਹੁਤ ਘੱਟ ਨੇ ਤੇ ਅਸੀਂ ਆਪਣੇ ਸੰਪਲਾ ਸਾਹਿਬ ਕੋਲੋਂ ਜਾਣਨਾ ਜਾਵਾਂਗੇ ਕਿ ਜਿਹੜਾ ਨੱਡਾ ਸਾਹਿਬ ਦਾ ਮਿਸ਼ਨ ਹੈ ਉਹਦੇ ਬਾਰੇ ਕੀ ਉਹ ਕਹਿਣਾ ਚਾਹੁੰਦੇ ਆ ਦੇਖੋ ਇਹ ਤਾਂ ਤੁਸੀਂ ਇੱਕ ਨਾਂ ਦਿੱਤਾ ਕਿ ਮਿਸ਼ਨ ਨੱਡਾ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਮਿਸ਼ਨ ਤਾਂ ਭਾਜਪਾ ਭਾਰਤੀ ਜਨਤਾ ਪਾਰਟੀ ਹੈ ਔਰ ਨਿਸੰਦੇ ਕਿ ਮਿਸ਼ਨ ਦਾ ਮਤਲਬ ਦੇਸ਼ ਦੇ ਵਿੱਚ ਆਪਣੀ ਇੱਕ ਲੋਕਾਂ ਦੀ ਸੇਵਾ ਵੀ ਕੀਤੀ ਆ ਔਰ ਇੱਕ ਅੱਛੀ ਕਾਰਗੁਜ਼ਾਰੀ ਕੀਤੀ ਆ ਔਰ ਉਸ ਕੋ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਜਿਹੜਾ ਲੋਕਾਂ ਦੇ ਵਿੱਚ ਜਾਣਾ ਔਰ ਲੋਕਾਂ ਦਾ ਜਿਹੜਾ ਜਨਮਤ ਦੇ ਮਾਧਿਅਮ ਦੇ ਨਾਲ ਜਾਣਾ ਔਰ ਜਨਮਤ ਨੂੰ ਆਪਣੇ ਵੱਲ ਕਰਨਾ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਹੁੰਦੀ ਹੈ ਕੰਮ ਕੀਤਾ ਔਰ ਕੰਮ ਜਦੋਂ ਕਰਦੇ ਆ ਤਾਂ ਕੰਮ ਨੂੰ ਦੇਖਦੇ ਹੋਏ ਲੋਕਾਂ ਦੀ رائے ਵੀ ਬਣਦੀ ਆ ਔਰ ਲੋਕਾਂ ਦੀ رائے ਜਿਹੜੀ ਆ ਉਹੀ ਅੱਗੇ ਆਉਂਦੀ ਆ ਔਰ ਉਹਨੂੰ ਮਿਸ਼ਨ ਭਾਜਪਾ ਕਹ ਲੋ ਕਿਉਂਕਿ ਜਦੋਂ ਉਹਦਾ ਲੀਡ ਕਰ ਰਿਹਾ ਕੋਈ ਵੀ ਪ੍ਰਦੇਸ਼ ਦੇਸ਼ ਦਾ ਪ੍ਰਧਾਨ ਉਹਦੇ ਨਾਲ-ਨਾਲ ਵੀ ਜੁੜਿਆ ਜਾਂਦਾ ਸੋ ਇਸ ਕਰਕੇ ਉਹ ਇੱਕ ਮਿਸ਼ਨ ਭਾਜਪਾ ਜਿਹੜਾ ਆ ਉਹਦਾ ਮਤਲਬ ਹੀ ਇਹ ਆ ਕਿ ਲੋਕਾਂ ਦੇ ਵਿੱਚ ਅਸੀਂ ਇੱਕ ਭਾਜਪਾ ਦੀ ਕਾਰਗੁਜ਼ਾਰੀ ਭਾਜਪਾ ਦੀ ਨੇਚਰ ਭਾਜਪਾ ਦੇ ਵਿਚਾਰ ਔਰ ਉਹਦੇ ਤੇ ਕੱਲੇ ਵਿਚਾਰ ਹੀ ਨਹੀਂ ਸਿਰਫ ਗੱਲਾਂ ਨਾਲ ਨਹੀਂ ਪ੍ਰਤੱਖ ਰੂਪ ਦੇ ਵਿੱਚ ਅਸੀਂ ਕੀ ਕੀ ਕੀਤਾ ਉਹਨਾਂ ਨੂੰ ਜਨਤਾ 'ਚ ਲੈ ਕੇ ਜਾਣਾ ਇਹ ਸਾਡਾ ਮੇਨ ਜਿਹੜਾ ਮਕਸਦ ਆ ਔਰ ਜੇ ਤੇ ਤਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਔਰ ਕਿਸਾਨੀ ਦੀ ਗੱਲ ਕੀਤੀ ਉਹਦੇ ਲਈ ਵਾਰਤਾਲਾਪ ਹੋ ਰਹੀ ਆ ਔਰ ਮੈਨੂੰ ਆਸ ਜਿਹੜੀ ਹੈ ਪੂਰਨ ਆ ਸਾ ਕਿ ਉਹਦੇ ਕੋਈ ਅੱਛੇ ਸਿੱਟੇ ਨਿਕਲਣਗੇ ਕਿਉਂਕਿ ਹੁਣ ਤੁਸੀਂ ਦੇਖਿਆ ਕਿ ਕਿਸਾਨ ਵੀਰਾਂ ਨੇ ਵੀ ਉਹਦੀ ਛਲਾਗਾ ਕੀਤੀ ਉਸ ਬੈਠਕ ਦੀ ਔਰ ਮੈਂ ਅੱਜ ਹੀ ਪੜ੍ਹ ਰਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਉਸ ਮੀਟਿੰਗ ਦੀ ਛਲਾਗਾ ਕੀਤੀ ਔਰ ਧੰਨਵਾਦ ਕੀਤਾ ਔਰ ਆਸ ਆਸ ਕੀਤੀ ਹੈ ਕਿ ਇਹਦੇ ਤੋਂ ਜਿਹੜਾ ਆ ਅੱਛਾ ਰਿਜ਼ਲਟ ਆਣਗੇ ਇਹਦੀ ਆਸ ਵੀ ਕੀਤੀ ਹੈ ਸਮਾਜ ਲਾਭ ਜਿਹੜੇ ਤਿੰਨੇ ਖੇਤੀ ਕਾਨੂੰਨ ਆ ਉਹਨਾਂ ਬਾਰੇ ਝੱਡੀ ਪਾਰਟੀ ਦੇ ਜਿਹੜੇ ਸਾਬਕਾ ਮੰਤਰੀ ਰਹੇ ਸਰਜੀਤ ਕੁਮਾਰ ਜਾਨੀ ਉਹਨਾਂ ਨੇ ਕਿਹਾ ਵੀ ਕਿਸਾਨ ਐਵੇਂ ਨਹੀਂ ਪਟੜੀਆਂ ਦੇ ਜਾ ਕੇ ਬੈਠੇ ਉਹਨਾਂ ਦਾ ਕੋਈ ਦੁੱਖ ਦਰਦ ਆ ਉਹਨਾਂ ਦਾ ਦੁੱਖ ਦਰਦ ਕੋਈ ਸੁਣਨ ਵਾਲਾ ਹੀ ਨਹੀਂ ਮੇਰੀ ਵੀ ਗੱਲ ਜਿਹੜੀ ਉਹ ਨਹੀਂ ਪਾਰਟੀ ਨੇ ਸੁਣੀ ਤੇ ਇਸ ਕਰਕੇ ਮੈਂ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾ ਰਿਹਾ ਤੇ ਉਹ ਮੀਟਿੰਗ ਦੇ ਵਿੱਚ ਵੀ ਗਏ ਸੀ ਤੁਸੀਂ ਕੀ ਸਮਝਦੇ ਹੋ ਜਿਹੜੇ ਤਿੰਨੇ ਖੇਤੀ ਬਿੱਲ ਆ ਇਹਨਾਂ ਦੇ ਉੱਪਰ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਉਹਦੇ ਬਾਰੇ ਕੀ ਕਹਿੰਦੇ ਰਹੇ ਦੇਖੋ ਜਿੱਥੇ ਤੱਕ ਤਾਂ ਖੇਤੀਬਾੜੀ ਬਿੱਲਾਂ ਦੀ ਗੱਲ ਕਰਦੇ ਉੱਥੇ ਬਾ ਅਸੀਂ ਬਾਰ-ਬਾਰ ਕਹਿ ਚੁੱਕੇ ਹਾਂ ਉਹ ਤੁਹਾਡੇ ਇਹਨਾਂ ਮਾਧਿਅਮ ਦੇ ਰਾਹੀਂ ਵੀ ਅਸੀਂ ਇਹ ਗੱਲ ਰੱਖ ਚੁੱਕੇ ਹਾਂ ਕਿ ਇਹ ਤਿੰਨੇ ਹੀ ਬਿੱਲ ਜਿਹੜੇ ਆ ਉਹ ਪੂਰੀ ਤਰ੍ਹਾਂ ਕਿਸਾਨਾਂ ਦੇ ਹਿੱਤ 'ਚ ਨੇ ਔਰ ਕਿਉਂ ਹਿੱਤ 'ਚ ਨੇ ਇਹ ਵੀ ਬਾਰ-ਬਾਰ ਅਸੀਂ ਦੱਸ ਚੁੱਕੇ ਹਾਂ ਚਾਹੇ ਉਹ ਜਿਹੜਾ ਖੁੱਲੀ ਮਾਰਕੀਟ ਦਾ ਜਿਹੜਾ ਕਿਹਾ ਆ ਉਹਦੇ ਲਈ ਵੀ ਦੇਖਿਆ ਜਾਵੇ ਤੇ ਕਿਸਾਨ ਦੀ ਹੀ ਮੰਗ ਸੀ ਕਿ ਸਾਨੂੰ ਜਿਹੜੇ ਵਿੱਚੋਂ ਜਿਹੜਾ ਸਾਡੇ ਨਾਲ ਸਿੱਧੀ ਓਪਨ ਮਾਰਕੀਟ ਚ ਜੇ ਸਾਨੂੰ ਭਾਅ ਵੱਧ ਮਿਲਦਾ ਤੇ ਸਾਨੂੰ ਵੇਚਣ ਦਾ ਕਿਉਂ ਅਧਿਕਾਰ ਨਹੀਂ ਅੱਜ ਉਹ ਕਿਸਾਨ ਦੀ ਮੰਗ ਨੂੰ ਹੀ ਮੰਗਦੇ ਹੋਏ ਮੰਨਦੇ ਹੋਏ ਇਹ ਓਪਨ ਮਾਰਕੀਟ ਦੇ ਵਿੱਚ ਕੀਤਾ ਗਿਆ ਔਰ ਇਹਦੇ ਚ ਪੁਰਾਣੇ ਕਿਸੇ ਵੀ ਸਿਸਟਮ ਨੂੰ ਨਾ ਤਾਂ ਛੇੜਿਆ ਗਿਆ ਔਰ ਨਾ ਹੀ ਕਿਤੇ ਵੀ ਐਸਾ ਕਿਤੇ ਕਿਹਾ ਗਿਆ ਕਿ ਇਹ ਉਹਦੇ ਤੇ ਲਾਗੂ ਨਹੀਂ ਹੋਏਗਾ ਹਾਂ ਕਿਸਾਨ ਦੀ ਮਰਜ਼ੀ ਹੈ ਕਿ ਉਹਦੇ ਚ ਉਹਨੇ ਕਿੱਧਰ ਜਾਣਾ ਹੈ ਉਹ ਅਗਰ ਚਾਹੇ ਤੇ ਓਪਨ ਮਾਰਕੀਟ ਜਾਵੇ ਨਹੀਂ ਤਾਂ ਪੁਰਾਣਾ ਸਿਸਟਮ ਜਿਹੜਾ ਚੱਲਦਾ ਔਰ ਜਿੱਥੇ ਤੱਕ ਦੂਸਰਾ ਕੰਟਰੈਕਟ ਫਾਰਮਿੰਗ ਦਾ ਔਰ ਕੰਟਰੈਕਟ ਫਾਰਮਿੰਗ ਦੇ ਜਿਹੜੇ ਪਹਿਲਾਂ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਸੀ ਜਿਨ੍ਹਾਂ ਨੂੰ ਲੈ ਕੇ ਅੱਜ ਵੀ ਉਹ ਸ਼ੰਕਾਵਾਂ ਜਿਹੜੀਆਂ ਜਾਹਰ ਕੀਤੀਆਂ ਜਾ ਰਹੀਆਂ ਉਹ ਉਹੀ ਸ਼ੰਕਾਵਾਂ ਆ ਜਿਹੜੀਆਂ ਪੁਰਾਣੇ ਕੰਟਰੈਕਟ ਫਾਰਮਿੰਗ ਸੀ ਕੰਟਰੈਕਟ ਫਾਰਮਿੰਗ ਤਾਂ ਪਹਿਲਾਂ ਵੀ ਚੱਲਦੀ ਸੀ ਔਰ ਦੋ ਜਿਹੜਾ ਜਿੱਥੇ ਤੱਕ ਓਪਨ ਮਾਰਕੀਟ ਦੀ ਗੱਲ ਆ ਉਥੇ ਕਾਂਗਰਸ ਨੇ 2017 ਚ ਪੰਜਾਬ ਚ ਆਲਰੇਡੀ ਲਾਗੂ ਕਰ ਦਿੱਤਾ ਸੀ ਔਰ ਜਿੱਥੇ ਤੀਸਰਾ ਜਿਹੜਾ ਆ ਐਸੈਂਸ਼ੀਅਲ ਮਾਰਕੀਟ ਦੇ ਉਹ ਚ ਕਿਸਾਨਾਂ ਨੂੰ ਕੋਈ ਸਿੱਧੇ ਤੌਰ ਤੇ ਇਹਦਾ ਸਿੱਧਾ-ਸਦਾ ਹੀ ਫਾਇਦਾ ਹੈ ਨੁਕਸਾਨ ਕੋਈ ਨਹੀਂ ਕਿਉਂਕਿ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਸੀ ਉਹ ਕਿਸਾਨ ਨੂੰ ਆਪਣੇ ਤੌਰ ਤੇ ਉਹਦੇ ਤੇ ਮਾਰਕੀਟਿੰਗ ਕਰਨ ਦਾ ਅਧਿਕਾਰ ਦੇਣੀ ਆ ਔਰ ਇਸ ਕਰਕੇ ਕਿਸਾਨ ਨੂੰ ਇਹਦੇ ਚ ਅਗਰ ਡੈਪਥ ਦੇ ਵਿੱਚ ਜਾ ਕੇ ਸੋਚੇਗਾ ਔਰ ਸਾਰੇ ਕਿਉਂਕਿ ਇਹ ਜਿਹੜਾ ਤੁਹਾਨੂੰ ਲੱਗਦਾ ਕਿ ਅੰਦੋਲਨ ਕਿਉਂ ਹੈ ਅੰਦੋਲਨ ਕਿਸਾਨਾਂ ਦਾ ਜਿਹੜਾ ਆ ਉਹਦੇ ਵਿੱਚ ਬਹੁਤ ਸਾਰੇ ਲੋਕ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਆ ਉਹ ਪ੍ਰਵੋਕ ਕਰਕੇ ਉਹਨਾਂ ਨੂੰ ਕਿਸਾਨਾਂ ਨੂੰ ਕਰ ਰਹੀ ਨਹੀਂ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ 29 ਸਟੇਟਾਂ ਆ ਨੌ ਜਿਹੜੇ ਆ ਯੂਟੀਪੀਆ ਯੂਟੀ ਨੂੰ ਆਪਾਂ ਛੱਡ ਲਈਏ ਤੇ 29 ਸਟੇਟਾਂ ਵਿੱਚ ਬਾਕੀ 27 28 ਦੇ ਵਿੱਚ ਕਿਤੇ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਇਹਦਾ ਮਤਲਬ ਬਾਕੀ ਸਾਰਿਆਂ ਦੀ ਸੈਟੀਸਫੈਕਸ਼ਨ ਹੈਗੀ ਹੈ। ਸਾਹਮਲਾ ਸਾਹਿਬ ਇੱਥੇ ਕੁਐਸਚਨ ਹੈ ਮਤਲਬ ਬਿਹਾਰ ਸਰਕਾਰ ਨੇ ਬੜੇ ਸਾਲ ਪਹਿਲਾਂ ਏਪੀਐਮਸੀ ਐਕਟ ਜਿਹੜਾ ਖਤਮ ਕਰ ਦਿੱਤਾ ਸੀਗਾ। ਆ ਇਸ ਵਾਰੀ ਦੇਖਿਆ ਤੁਸੀਂ ਕਿੰਨੇ ਵੱਡੀ ਗਿਣਤੀ ਦੇ ਵਿੱਚ ਉਥੋਂ ਦੇ ਝੋਨਾ ਜਿਹੜਾ ਯੂਪੀ ਦਾ ਤੇ ਬਿਹਾਰ ਦਾ ਇੱਥੇ ਵਿਕਣ ਆਇਆ। ਇਹ ਕਿਉਂ ਆਇਆ ਮਤਲਬ ਮਤਲਬ ਇੱਥੇ ਭਾ ਸੀਗਾ ਇੱਥੇ ਇੱਕ ਮਿਨਿਮਮ سپورਟ ਪ੍ਰਾਈਸ ਹੈ ਇਸ ਕਰਕੇ ਨਹੀਂ ਆ ਦੇਖੋ ਗੱਲ ਇਦਾਂ ਆ ਕਿ ਜਿਹੜੇ ਮਿਨਿਮਮ سپورਟ ਪ੍ਰਾਈਸ ਇੱਕ ਪੈਕੇਜ ਹੈ ਹਾਂ ਔਰ ਉਹ ਸਿਰਫ ਪੰਜਾਬ ਦੇ ਵਿੱਚੋਂ 100% ਪਰਚੇਸ ਕਰਨ ਦਾ ਅਧਿਕਾਰ ਉਹਦੇ ਚ ਦਿੱਤਾ ਗਿਆ ਆ ਔਰ ਕੁਝ ਹਿੱਸਾ ਜਿਹੜਾ ਹਰਿਆਣੇ ਚ ਵੀ ਆ ਪੂਰੇ ਦੇਸ਼ ਚ ਕਿਤੇ ਵੀ ਉਸ ਮਿਨਿਮਮ ਸਪੋਰਟ ਪ੍ਰਾਈਸ ਦੇ ਉੱਤੇ ਖਰੀਦੋ ਖਰੀਦ ਨਹੀਂ ਹੁੰਦੀ ਸਿਰਫ ਐਫਸੀਆਈ ਜਿਹੜੀ ਹੈ ਹਰਿਆਣਾ ਔਰ ਪੰਜਾਬ ਦੇ ਵਿੱਚ ਮੇਜਰ ਰੂਪ ਚ ਕੰਮ ਕਰਦੀ ਹੈ ਇਸ ਤੋਂ ਇਲਾਵਾ ਬਾਕੀ ਸੂਬਿਆਂ ਦੇ ਵਿੱਚ ਐਸਾ ਨਹੀਂ ਹੈ ਕਿ ਖਰੀਦੋ ਖਰੀਦ ਨਹੀਂ ਹੁੰਦੀ ਸਰਕਾਰੀ ਖਰੀਦ ਹੁੰਦੀ ਹੈ ਪਰ ਉਹ ਜਿਹੜਾ ਦਾਲਾਂ ਤੇ ਹੋ ਗਈ ਮੱਕੀ ਤੇ ਬਾਕੀ ਅਲੱਗ-ਅਲੱਗ ਚੀਜ਼ਾਂ ਦੇ ਉੱਤੇ ਉੱਥੇ ਵੀ ਮਸਾਲਿਆਂ ਤੇ ਹੋ ਗਈ ਐਸੀ ਚੀਜ਼ਾਂ ਚਲਦੀਆਂ ਰਹਿੰਦੀਆਂ ਕਿਉਂਕਿ 23 24 ਚੀਜ਼ਾਂ ਜਿਹੜੀਆਂ ਨੈਫਰਡ ਦੇ ਮਾਧਿਅਮ ਦੇ ਨਾਲ ਹੁੰਦੀਆਂ ਜਾਂ ਹੋਰ ਦੂਸਰੇ ادارے ਦੇ ਨਾਲ ਹੁੰਦੀਆਂ ਉਹ ਬਾਕੀ ਜਗ੍ਹਾ ਤੇ ਚਲਦੀਆਂ ਔਰ ਜਿੱਥੇ ਤੱਕ ਤੁਸੀਂ ਅੱਜ ਮੈਨੂੰ ਕਹਿ ਰਹੇ ਆ ਕਿ ਬਿਹਾਰ ਦਾ ਆ ਗਿਆ ਬਿਹਾਰ 'ਚ ਤਾਂ ਪਹਿਲਾਂ ਵੀ ਐਮਐਸਪੀ ਤੇ ਨਹੀਂ ਸੀ ਸਿਰ ਪੰਜਾਬ 'ਚ ਖਰੀਦ ਹੁੰਦੀ ਸੀ ਜਿਹੜੇ ਅੱਜ ਜੇ ਬਹੁਤ ਸਾਰੇ ਨੇ ਕਿਹਾ ਮੈਨੂੰ ਇੱਥੇ ਸਵਾਲ ਵੀ ਇਹ ਵੀ ਆਇਆ ਕਿ ਬਿਹਾਰ ਦੇ ਵਿੱਚ ਤਾਂ ਪਹਿਲਾਂ ਤਾਂ ਲਾਗੂ ਹੋ ਚੁੱਕਾ ਹੈ ਤੇ ਉੱਥੇ ਦੇ ਕਿਸਾਨ ਕਿਉਂ ਨਹੀਂ ਤਰੱਕੀ ਕਰ ਗਏ ਫਜੇ ਇਹ ਵੀ ਦੂਸਰੇ ਪੱਖੋਂ ਵੀ ਆਪਾਂ ਕਿਉਂ ਨਹੀਂ ਸੋਚਦੇ ਜੇ ਉੱਥੇ ਇੰਨਾ ਘਾਟਾ ਪੈ ਗਿਆ ਸੀ ਤੇ ਉਹ ਕਿਉਂ ਨਹੀਂ ਰੇਲ ਗੱਡੀਆਂ ਦੀਆਂ ਲਾਈਨਾਂ ਤੇ ਬੈਠੇ ਉਹ ਉਹਨਾਂ ਨੇ ਕਿਉਂ ਨਹੀਂ ਸੜਕਾਂ ਜਾਮ ਕੀਤੀਆਂ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹਦੇ ਵਿੱਚ ਬਾਕੀ ਚੀਜ਼ਾਂ 'ਚ ਫਾਇਦਾ ਵੀ ਨਜ਼ਰ ਆਇਆ ਹੋਊਗਾ ਸੋ ਇਸ ਕਰਕੇ ਪਹਿਲਾਂ ਦੇ ਨਾਲੋਂ ਅਗਲਾ ਖੁਸ਼ਹਾਲ ਵੀ ਹੋਇਆ ਹੋਊਗਾ ਔਰ ਉਹਦਾ ਸਿੱਧਾ ਸਿੱਧਾ ਅਸੀਂ ਇਹ ਵੀ ਦੇਖ ਲਈਏ ਹੱਲੇ ਤਾਂ ਪਰਸੋਂ ਵੋਟਾਂ ਪਈਆਂ ਅੱਜ ਜਿਹੜੀ ਆ ਥੋੜੇ ਦਿਨ ਹੀ ਹੋਏ ਵੋਟਾਂ ਪਈਆਂ ਨੂੰ ਔਰ ਕਿੱਡਾ ਬੜਾ ਮਾਰਜਨ ਮਿਲਿਆ ਭਾਜਪਾ ਨੂੰ ਗੱਡੀ ਪਰ ਅੱਜ ਤੱਕ ਕਦੀ ਉਹ ਇੰਨੀਆਂ ਸੀਟਾਂ ਲੈ ਕੇ ਨਹੀਂ ਗਈ ਸੀ ਬੇਚ ਇਹੋ ਚੀਜ਼ਾਂ ਦਾ ਕੋਈ ਖਰਗੋਸ਼ ਕਿਤੇ ਨਹੀਂ ਹੈ ਲੋਕ ਅੱਜ ਵੀ ਇਹਨਾਂ ਚੀਜ਼ਾਂ ਨੂੰ ਐਪਰੀਸ਼ੀਏਟ ਕਰਦੇ ਇਹਦੀ ਵੱਡੀ ਮਿਸਾਲ ਆ ਤੁਸੀਂ ਸ਼ਾਮਲਾ ਸਾਹਿਬ ਇਹ ਕਹਿੰਨੇ ਵੀ ਜਿਹੜੇ ਕਿਸਾਨ ਆ ਕਿਸੇ ਮੰਡੀ 'ਚ ਵੀ ਜਾ ਕੇ ਵੇਚ ਸਕਦੇ ਦੇਸ਼ ਦਾ ਜਿਹੜਾ 86% ਤੋਂ ਵੱਧ ਕਿਸਾਨ ਹੈ ਉਹ 5 ਏਕੜ ਤੋਂ ਘੱਟ ਹੈ ਤੇ ਉਹ ਜਿਹੜੇ ਪੰਜਾਬ ਦੀਆਂ ਮੰਡੀਆਂ ਤਿੰਨ ਜਾਂ ਚਾਰ ਕਿਲੋਮੀਟਰ ਤੇ 5 ਕਿਲੋਮੀਟਰ ਤੇ ਉੱਥੇ ਲਿਉਣ ਲੱਗਿਆ ਵੀ ਉਹਨੂੰ ਕਿਸੇ ਨਾ ਕਿਸੇ ਦੀ ਟਰਾਲੀ ਮੰਗਣੀ ਪੈਂਦੀ ਹੈ ਸਾਰਿਆਂ ਕੋਲ ਆਪਣੇ ਇੰਤਜ਼ਾਮ ਨਹੀਂ ਤੋ ਦੇਸ਼ ਦੀ ਮੰਡੀ 'ਚ ਕਿਵੇਂ ਲਿਜਾ ਸਕੇਗਾ ਮੈਂ ਤੁਸੀਂ ਇੱਕ ਅੱਛਾ ਸਵਾਲ ਕਰਤਾ ਤੁਸੀਂ ਇਹ ਤਾਂ ਕਹਿਤਾ ਕਿ ਕਿਤਨ ਲ ਜਾਏਗਾ ਪਰ ਇਹ ਹਲੇ ਤੱਕ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਿਉਂ ਨਹੀਂ ਹੋਇਆ ਦਾ ਦੋਸ਼ੀ ਕੌਣ ਹੈ ਪੰਜਾਬ ਚ ਕਿੰਨੀਆਂ ਏਜੰਸੀਆਂ ਖਰੀਦ ਕਰਦੀਆਂ ਮਾਰਕਫਿਡ ਕਰਦੀਆਂ ਪੰਜ ਪੰਜ 6 ਏਜੰਸੀਆਂ ਪੰਜ 6 ਮੈਂ ਦੱਸ ਦਿੰਦਾ ਮਾਰਕਫਿਡ ਕਰਦੀ ਆ ਪਨਸਾਪ ਕਰਦੀ ਆ ਪਨ ਗ੍ਰੇਨ ਪੰਜਾਬ ਹਾਊਸ ਵੇਅਰ ਹਾਊਸ ਉਹ ਕਰਦੀ ਆ ਐਫਸੀਆਈ ਐਫਸੀਆਈ ਤਾਂ ਸੈਂਟਰਲ ਗਵਰਨਮੈਂਟ ਦੀ ਪੰਜਾਬ ਦੀ ਹੁਣ ਇਹ ਦੱਸੋ ਕਿ ਵੀ ਇਹ ਜਿਹੜੀਆਂ ਏਜੰਸੀਆਂ ਕੰਮ ਕੀ ਕਰਦੀਆਂ ਉਹੀ ਜੋ FCI ਦੀ ਖਰੀਦ ਹੈ 6 ਮਹੀਨੇ ਬਾਅਦ ਚੌਲ ਕੱਢ ਕੇ ਜਿਹੜੀ ਆ ਉਹ ਕੇ ਉਹ FCI ਨੂੰ ਦੇਂਦੇ ਇਸ ਤੋਂ ਜ਼ਿਆਦਾ ਤਾਂ ਨਹੀਂ ਕੁਝ ਕਰਦੇ ਹੁਣ ਦੱਸੋ ਕਿ ਪਹਿਲਾਂ ਦੱਸੋ ਕਿ ਜਿਹੜਾ ਤੁਹਾਡਾ ਪੰਜਾਬ ਐਗਰੋ ਆ ਉਹ ਵੀ ਖਰੀਦੋ ਫਰੋਖਤ ਕਰਦਾ ਇਹਦੀ ਕੀ ਕਰਦਾ ਆ ਪੰਜਾਬ ਐਗਰੋ ਦਾ ਕੀ ਕੰਮ ਹੈ ਪੰਜਾਬ ਐਗਰੋ ਦਾ ਕੰਮ ਸੀ ਕਿ ਤੁਹਾਡੇ ਕਿਸਾਨੀ ਦੇ ਲਈ ਔਜ਼ਾਰ ਸਸਤੇ ਔਰ ਵਧੀਆ ਜਿਹੜੇ ਟਿਕਾਊ ਔਜ਼ਾਰ ਛੋਟੇ ਕਿਸਾਨਾਂ ਲਈ ਬਣਾਖਦੇ ਹੁਣ ਜਿਹੜਾ ਇਹ ਪਹਿਲਾਂ ਇਹਨਾਂ ਦੱਸੋ ਕਿੰਨਾ ਚਿਰ ਹੋ ਗਿਆ ਕਿਸਾਨੀ ਦੇ ਵਿੱਚ ਇਹ ਬਣਿਆ ਨੂੰ ਆਈਤਾ ਤੇ ਇੱਕ ਵੀ ਕਿਸੇ ਲਈ ਰੰਬਾ ਵੀ ਬਣਾ ਕੇ ਦਿੱਤਾ ਹੋਵੇ ਇਹਨਾਂ ਨੇ ਔਰ ਇਹ ਕਰਦੇ ਕਿ ਇਹ ਮਾਰਕਫੇਡ ਦਾ ਕੰਮ ਕੀ ਸੀ ਕਿ ਤੁਹਾਨੂੰ ਫੂਡ ਪ੍ਰੋਸੈਸਿੰਗ ਨੂੰ ਜਾਨੀ ਪ੍ਰਮੋਟ ਕਰਦਾ ਭਾਵ ਜੇ ਤੁਸੀਂ ਕੋਈ ਫੂਡ ਪ੍ਰੋਸੈਸਿੰਗ ਦੀ ਏਜੰਸੀ ਕੋਈ ਮੰਨ ਲਓ ਕੋਈ ਫੈਕਟਰੀ ਲਗਾਉਣਾ ਚਾਹੁੰਦਾ ਤੇ ਮਾਰਕਫੇਡ ਦੇ ਮਾਧਿਅਮ ਦੇ ਨਾਲ ਉਹਨੂੰ ਮਾਰਕੀਟਿੰਗ ਹੋਵੇ ਉਹਨੂੰ ਟੈਕਨੀਕਲੀ ਉਹਨੂੰ ਜਿਹੜੀ ਅਵੇਅਰ ਵੀ ਕੀਤਾ ਜਾਵੇ ਉਹਨੂੰ ਗਾਈਡਲਾਈਨ ਵੀ ਦਿੱਤੀ ਜਾਵੇ ਤਾਂ ਕਿ ਪੰਜਾਬ ਦਾ ਕਿਸਾਨ ਸੰਪੰਨ ਹੋਵੇ ਇਹ ਕਿਉਂ ਨਹੀਂ ਕੀਤਾ ਪੰਜਾਬ ਐਗਰੋ ਨੇ ਕੰਮ ਨਹੀਂ ਕੀਤਾ ਪੰਸਬ ਦਾ ਕੰਮ ਸੀ ਕਿ ਪੰਜਾਬ ਨੂੰ ਲੋਕਾਂ ਨੂੰ ਖਰੀਦ ਕੇ ਅਨਾਜ ਘਰਾ ਕੇ ਲੋਕਾਂ ਤੱਕ ਸਸਤਾ ਅਨਾਜ ਘਰਾਂ ਤੱਕ ਪਹੁੰਚਾਉਣਾ ਇਹ ਜਿਹੜੀਆਂ ਬਾਕੀ ਏਜੰਸੀਆਂ ਸੀ ਅੱਜ ਤੱਕ ਉਹਨਾਂ ਨੇ ਕੰਮ ਨਹੀਂ ਕੀਤਾ ਔਰ ਇੱਕ ਕਰਦੇ ਹੀ ਰਹੇ ਕਿ ਸਰਕਾਰਾਂ ਚਲਦੀਆਂ ਰਹੀਆਂ ਔਰ ਉਹ ਪੰਜਾਬ ਦਾ ਕੇਂਦਰ ਤੋਂ ਐਫਸੀਆਈ ਤੋਂ ਪੈਸਾ ਲੈ ਲਿਆ ਔਰ ਚੌਰ ਲੈ ਲਿਆ ਚੁਣ ਕਣਕ ਲੈ ਲਿਆ ਔਰ ਬਾਅਦ ਵਿੱਚ ਰਿਟਰਨ ਕੁਛ ਨਹੀਂ ਕੀਤਾ 31000 ਕਰੋੜ ਰੁਪਏ ਦਾ ਜਿਹੜਾ ਤੁਸੀਂ ਦੇਖ ਰਿਹਾ ਕਿ ਪੰਜਾਬ ਅੱਜ ਜਿਹੜਾ ਆ ਉਹ ਕਰਜ਼ਾਈ ਕਰ ਦਿੱਤਾ ਤੁਸੀਂ ਪਿਛਲੇ ਸਾਲ ਦੇਖਿਆ ਹੋਗਾ ਤੇ ਉਹ ਵਿੱਚ ਉਹ ਤਾਂ ਪੰਜਾਬ ਨਾਲ ਧੱਕਾ ਹੋਇਆ ਧੱਕਾ ਨਹੀਂ ਹੋਇਆ ਉਹਦਾ ਕਾਰਨ ਕੀ ਸੀ ਕਿ ਜਿੰਨੀਆਂ ਏਜੰਸੀਆਂ ਸੀ ਸਾਰਿਆਂ ਨੇ ਪੈਸਾ ਉਦੋਂ ਲੈ ਲਿਆ ਲੈ ਕੇ ਉਹਦੇ ਵਾਪਸ ਬੈਕ ਕੀ ਕਰਨਾ ਸੀ ਕਿ ਚਾਵਲ ਵਾਪਸ ਦੇਣੇ ਸੀ 31000 ਕਰੋੜ ਰੁਪਏ ਦਾ 1% ਤੁਸੀਂ ਵਾਪਸ ਨਹੀਂ ਕਰਨ ਦੇ ਔਰ ਕਿਸਾਨਾਂ ਨੇ ਤੁਸੀਂ ਐਡੇ ਵੱਡੀਆਂ ਚਾਰਚਾਂ ਪੰਜਵਾਂ ਜਦ ਪਹਿਲੀ ਗੱਲ ਤੇ ਇਹਨਾਂ ਕੋਲ ਖਰੀਦ ਕਿਉਂ ਕਰਾਉਣੀ ਜਦ ਕਰ ਹੀ ਨਹੀਂ ਸਕਦੇ ਇਹਨਾਂ ਦਾ ਜਿਸ ਕੰਮ ਲਈ ਬਣਾਏ ਆ ਉਹ ਕਰਾਓ ਔਰ ਉਹਦੇ ਲਈ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ ਕਿਸਾਨੀ ਨੂੰ ਜੇ ਅੱਜ ਉਸ ਵੇਲੇ ਕੇਂਦਰ ਇਹ ਨਾ ਸੰਭਾਲਦਾ ਇਹਨਾਂ ਦੇ ਇਹਨੂੰ ਕਰਜ਼ੇ ਦੇ ਰੂਪ ਚ ਨਾ ਕਰਦਾ ਤਾਂ ਅੱਜ ਕਿਸਾਨੀ ਤਾਂ ਰੁਲ ਜਣੀ ਸੀ ਇੱਕ ਵੀ ਝੋਨਾ ਇੱਕ ਦਾਣਾ ਨਹੀਂ ਸੀ ਝੋਨਾ ਸਾਹਿਬ ਉਦੋਂ ਉਸ ਤੋਂ ਬਾਅਦ ਜਿਹੜਾ 15ਵਾਂ ਵਿੱਤ ਕਮਿਸ਼ਨ ਆਇਆ ਉਸ ਵਿੱਤ ਕਮਿਸ਼ਨ ਨੇ ਐਡਮਿਟ ਕੀਤਾ ਵੀ ਇਹ ਜਿਹੜਾ ਸਾਰਾ ਬਰਡਨ ਪੰਜਾਬ ਦੇ ਸਿਰ ਪਾਉਣਾ ਕਿਸੇ ਤਰੀਕੇ ਨਾਲ ਵੀ ਜਾਇਜ਼ ਨਹੀਂਗਾ ਭਾਈ ਸਾਹਿਬ ਗੱਲ ਇਦਾਂ ਆ ਕਿ ਚਾਵਲ ਲੈ ਕਨੇ ਲੈ ਪੰਜਾਬ ਨੇ ਜੋ ਨਖਰੀਦਿਆ ਕਿਨੇ ਪੰਜਾਬ ਨੇ ਵਾਪਸ ਕੀ ਕਰਨਾ ਸੀ ਚੌਲ ਬਣਾ ਕੇ ਦਿੱਤੇ ਕਿਉਂ ਨਹੀਂ ਇਹ ਬਰਡਨ ਕਿਹਦੇ ਤੇ ਪੈਣਾ ਹੈ ਇਹ ਤਾਂ ਦੇਖੋ ਮੇਰੀ ਗੱਲ ਉਹ ਤਾਂ ਤੁਸੀਂ ਅਲੱਗ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਰਿਪੋਰਟਾਂ ਦੇ ਉਹ ਮੈਂ ਹਲੇ ਪੂਰੀ ਕਹਿ ਨਹੀਂ ਸਕਦਾ ਕਿਉਂ ਪਰ ਜਿਹੜੀ ਚੀਜ਼ ਮੈਂ ਖਰੀਦੀ ਆ ਮੈਂ ਉਹਦੀ ਰਿਟਰਨ ਦੇਣੀ ਆ ਉਹਦਾ ਵਿਆਜ ਤਾਂ ਕੀ ਉਹਦੇ ਵਿੱਚੋਂ ਇੱਕ ਪਾਸੇ ਮੂਲ ਦਾ ਵੀ 1 ਰੁਪਿਆ ਵੀ ਨਾ ਮੋੜਾ ਔਰ ਸਾਰੇ ਦਾ ਸਾਰਾ ਔਰ ਏਜੰਸੀਆਂ ਕਿਸ ਕੰਮ ਲਈ ਬਣਾਈਆਂ ਏਜੰਸੀਆਂ ਦਾ ਪਹਿਲਾ ਮੰਤਵ ਕੀ ਆ ਏਜੰਸੀਆਂ ਉਹ ਜਿਹੜੀਆਂ ਮਾਰਕੀਟ ਫੀਲ ਦਾ ਮੰਤਵ ਚ ਉਹ ਜਿਹੜੀ ਤੁਸੀਂ ਅੱਜ ਦਲਾਲ ਦੀ ਗੱਲ ਕਰਦੇ ਆ ਇਹ ਦਲਾਲੀਤ ਹੈ ਕਿ ਇਹਨਾਂ ਨੇ 1 ਰੁਪਇਆ ਇਹਨਾਂ ਨੇ ਦੇਣਾ ਕੀ ਇਹ ਕੁਝ ਵੀ ਨਹੀਂ ਸਿਰਫ ਕਮਿਸ਼ਨ ਲੈਣੀ ਆਪਣੀ ਔਰ ਵਾਪਸ ਸਰਕਾਰ ਨੂੰ ਐਫਸੀਆਈ ਨੂੰ ਦੇ ਦੇਣਾ ਇਹ ਕਾਦੀ ਕਮਿਸ਼ਨ ਲੈਣੀ ਆ ਔਰ ਕਿੱਡੇ ਕਿੰਨਾ ਕਿੱਡੇ ਵੱਡੇ ਵੱਡੇ ਆਧਾਰੇ ਬਣਾ ਗਏ ਔਰ ਕੰਮ ਕੀ ਕੁਝ ਵੀ ਨਹੀਂ ਉਹ ਤਾਂ ਸਿੱਧੀ ਐਫਸੀਆਈ ਖਰੀਦ ਕੇ ਵੀ ਛਲ ਰੰਦ ਦੇ ਸਕਦੀ ਆ ਉਹ ਜਿਹੜਾ 31000 ਕਰੋੜ ਆ ਜਿਹੜੀ ਪੰਜਾਬ ਦੇ ਵਿੱਚ ਬਾਦਲ ਸਰਕਾਰ ਸੀ ਉਹਦੇ ਤੇ ਆਡੀ ਪਾਰਟੀ ਭਾਈਵਾਲ ਸੀਗੀ ਮੈਂ ਕਹਿੰਨਾ ਕਿ ਭਾਈਵਾਲ ਸੀ ਮੈਂ ਕਿ ਕਿਤੇ ਕਹਿ ਰਿਹਾ ਮੈਂ ਤੇ ਇਹ ਕਹਿ ਰਿਹਾ ਕਿ ਵੀ ਜਿਨ੍ਹਾਂ ਨੇ ਐਗਰੀਕਲਚਰ ਨੂੰ ਸੰਭਾਲਿਆ ਮੈਂ ਕਿਸੇ ਇੱਕ ਕਾਨੂੰਨੀ ਕਹਿ ਰਿਹਾ ਮੈਂ ਜਿਨ੍ਹਾਂ ਨੇ ਅਸੀਂ ਤਾਂ ਅੱਜ ਤੱਕ ਭਾਜਪਾ ਨੂੰ ਤਾਂ ਲੱਗੇ ਵੀ ਨਹੀਂ ਲੱਗਣ ਦਿੱਤਾ ਚਾਹੇ ਉਹ ਅਕਾਲੀ ਸੀ ਜਾਂ ਕਾਂਗਰਸੀ ਦੋਈ ਤਾਂ ਪਾਰਟੀਆਂ ਰਹੀਆਂ ਨਾ ਕਾਂਗਰਸ ਨੇ ਕੋਈ ਮਾਰਕਫੋਰਡ ਨੂੰ ਕੀਤਾ ਨਾ ਉਹਨਾਂ ਨੇ ਕੋਈ ਪੰਜਾਬ ਇੱਕ ਗਰੂਪ ਨੂੰ ਬਣਾਇਆ ਔਰ ਨਾ ਹੀ ਜਿਹੜਾ ਆ ਅਕਾਲੀਆਂ ਨੇ ਵੀ ਸਾਨੂੰ ਤਾਂ ਲੱਗੇ ਵੀ ਨਹੀਂ ਲੱਗਣ ਦਤਾ ਇਹ ਵੀ ਸੀ ਵੀ ਨਹੀਂ ਪਤਾ ਔਰ ਸਾਨੂੰ ਜਿਹੜੀ ਸੀਗੀ ਕਿ ਸਿੱਧੀ ਜਿਹੜੀ ਅਸੀਂ ਦੱਸਣਾ ਇਹ ਚਾਹਨੇ ਆ ਕਿ ਜਿਹੜਾ ਚੀਜ਼ ਉਹਨਾਂ ਨੇ ਲੈ ਪੈਸੇ ਔਰ ਕਰਜ਼ਾਈ ਪੰਜਾਬ ਨੂੰ ਕੀਤਾ ਦੋਸ਼ੀ ਪੰਜਾਬ ਨੂੰ ਬਣਾਇਆ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਹੋਏ ਹੋਏ ਕਰਜ਼ਾਈ ਅਗਰ ਇਹਦਾ ਕਰਪਸ਼ਨ ਕਰਦੇ ਉਸ ਵੇਲੇ ਅਗਰ ਨਾ ਸੰਭਾਲਦੇ ਅਗਰ ਕੇਂਦਰ ਨਾ ਸੰਭਾਲਦੀ ਤੇ ਪੰਜਾਬ ਦਾ ਦਾਣਾ ਨਹੀਂ ਸੀ ਖਰੀਦ ਹੋਣਾ ਕਿਸਾਨ ਰੋਣਾ ਜੇ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੇ 31000 ਰੁਪਏ ਇਹਨਾਂ ਦੀ ਲਿਮਿਟ ਨੂੰ ਉਹ ਕਰਜ਼ੇ ਚ ਕਨਵਰਟ ਕਰਕੇ ਹੋਰ ਕਰਜ਼ਾ ਦੇ ਕੇ ਤਾਂ ਕਿ ਕਿਸਾਨ ਦਾ ਝੋਨਾ ਖਰੀਦਿਆ ਜਾ ਸਕੇ ਔਰ ਇਹ ਜਿਹੜੀਆਂ ਮਹੌਦੀਆਂ ਜਿਹੜੀਆਂ ਏਜੰਸੀਆਂ ਬਣਾਈਆਂ ਇਹ ਜਿਹੜਾ ਅਸੀਂ ਲਈ ਬਾਰ-ਬਾਰ ਕਹਿੰਨੇ ਆ ਕਿ ਕਿਸਾਨ ਨੂੰ ਫਸਲੀ ਚੱਕਰ ਚੋਂ ਬਾਹਰ ਕੱਢੋ ਕਿਸਾਨ ਨੂੰ ਫਸਲੀ ਚੱਕਰ ਚੋਂ ਕੱਢੋ ਇਹ ਜਿਹੜੀਆਂ ਏਜੰਸੀਆਂ ਬਣਾਈਆਂ ਸੀ ਫਸਲੀ ਚੱਕਰ ਚੋਂ ਬਾਹਰ ਕੱਢਣ ਨੂੰ ਸੀ ਇਹ ਖੁਦ ਆਪ ਉਸ ਫਸਲੀ ਚੱਕਰ ਤੋਂ ਕੱਢਣ ਦੀ ਬਜਾਏ ਆਪ ਉਹ ਚ ਫਸ ਗਈਆਂ ਔਰ ਅੱਜ ਜਿਹੜੇ ਮੋਦੀ ਸਾਹਿਬ ਇਸੇ ਫਸਲੀ ਚੱਕਰ ਚੋਂ ਕੱਢ ਕੇ ਕਿਸਾਨ ਨੂੰ ਅੱਗੇ ਉਹ ਉਹਦੀ ਉਨਤੀ ਹੋਵੇ ਤਰੱਕੀ ਹੋਵੇ ਵੱਧ ਵਿਕਸਿਤ ਹੋਵੇ ਆਰਥਿਕ ਬਕੌਬ ਮਜ਼ਬੂਤ ਹੋਵੇ ਇਹ ਸਾਰੇ ਤਿੰਨਾਂ ਦਾ ਬਿੱਲਾਂ ਦਾ ਮਕਸਦ ਇਹ ਆ ਜਿਹੜਾ ਜਿਹੜਾ 86% ਕਿਸਾਨ ਆ ਉਹਦੇ ਬਾਰੇ ਤੁਸੀਂ ਜਿਹੜਾ 5 ਏਕੜ ਤੋਂ hectare ਉਹ ਕਿਵੇਂ ਵਿੱਚ ਜਾਏਗਾ ਕਿਸੇ ਹੋਰ ਮੰਡੀ ਚ ਕਿਵੇਂ ਜਾਏਗਾ ਜਿਹੜਾ ਕਿ ਇਸ ਮੰਡੀ ਦੀ ਮੁਸ਼ਕਲ ਨਾ ਦੇਖੋ ਤੁਸੀਂ ਕਹਿ ਰਹੇ ਹੋ ਕਿ ਉਹ ਕਿਸ ਤਰ੍ਹਾਂ ਜਾਏਗਾ ਇਹਦੇ ਵਿੱਚ ਕਿਤੇ ਨਹੀਂ ਕਾਨੂੰਨ ਹੈ ਕਿ ਵੀ ਤੁਹਾਨੂੰ ਬਾਹਰ ਹੀ ਲੈ ਜਾਣਾ ਪੈਗਾ ਉਹ ਤਾਂ ਤੁਹਾਡੀ ਮਰਜ਼ੀ ਆ ਕਿਸਾਨ ਦੀ ਮਰਜ਼ੀ ਆ ਕਿ ਕਿਸਾਨ ਚਾਹੇ ਇਹ ਨੂੰ ਵਿੱਚ ਅਗਰ ਉਹਦੇ ਕੋਲ ਆਦਮੀ ਖੇਤ ਦੇ ਵਿੱਚ ਆਣ ਕੇ ਉਹਨੂੰ ਵੱਧ ਭਾਅ ਦੇ ਕੇ ਖਰੀਦ ਸਕਦਾ ਤਾਂ ਕਿਸਾਨ ਵੇਚ ਦੇਵੇ ਨਹੀਂ ਚਲਦਾ ਤਾਂ ਜਿਸ ਪੁਰਾਣੇ ਵੀ ਸਿਸਟਮ ਚ ਚੱਲਦਾ ਉਹ ਤਾਂ ਚੱਲ ਸਕਦਾ ਇਸ ਕਰਕੇ ਦੇ ਵਿੱਚ ਤੁਸੀਂ ਜੇ ਤਾਹੋ ਕਿ ਵੀ ਇਹਨੂੰ ਕੋਈ ਕੋਈ ਚੇਂਜ ਕੋਈ ਹੋਰ ਕੁਝ ਕਰ ਦਿੱਤਾ ਐ ਸਸਾ ਨਹੀਂ ਐ ਇਹ ਕਿਸਾਨ ਦੇ ਹਿੱਤ ਚ ਰੱਖ ਕੇ ਉਹਨੂੰ ਦਿੱਤਾ ਆ ਜਿਹੜਾ ਛੋਟਾ ਕਿਸਾਨ ਆ ਉਹ ਚਾਹੇ ਆਪਣੇ ਕਿਸਾਨ ਜਿਹੜੀ ਖੇਤ ਦੇ ਵਿੱਚ ਹੀ ਵਿੱਚ ਪਹਿਲਾਂ ਉਹ ਖੇਤ ਨੂੰ ਮੰਡੀ ਚ ਲੈ ਜਾਣਾ ਪੈਂਦਾ ਸੀ ਉਹਨੂੰ ਮੰਡੀ ਫੀਸ ਦੇਣੀ ਪੈਣੀ ਸੀ ਹੁਣ ਉਹਦੇ ਤੋਂ ਮੋਕਤ ਕਰ ਦਿੱਤਾ 6.5% ਸਭ ਤੋਂ ਜ਼ਿਆਦਾ ਪੰਜਾਬ ਦੇ ਉੱਤੇ ਕਿਸਾਨ ਦੇ ਉੱਤੇ ਟੈਕਸ ਲੱਗਾ ਆ ਅੱਜ 8.5% ਜਿਹੜਾ ਟੈਕਸ ਆ ਉਹਦੇ ਤੋਂ ਅਗਰ ਕਿਸਾਨ ਮੁਕਤ ਹੁੰਦਾ ਤੇ ਉਹ 8.5% ਕਿਸਾਨ ਦੀ ਜੇਬ ਵਿੱਚ ਜਾਂਦਾ ਇਹਦੇ ਵਿੱਚ ਕਿਸੇ ਨੂੰ ਕਿਤੇ ਨੁਕਸਾਨ ਨਹੀਂ ਇਹ ਤਾਂ ਕਿਸਾਨ ਦਾ ਫਾਇਦਾ ਆ ਸਾंपळा ਸਾਹਿਬ ਜਦੋਂ ਸਾਰਾ ਕੁਝ ਪ੍ਰਾਈਵੇਟ ਕੋਲ ਹੋ ਜਾਣਾ 167 ਰੁਪਏ ਦਾ ਮਾਮਲਾ ਉਹ ਸਾਰਾ ਜਿਹੜਾ ਪ੍ਰਾਈਵੇਟ ਕਰੀ ਦੇਗਾ ਉਹ ਜਿਹੜਾ ਉਹਦੇ ਚੋਂ 50 ਰੁਪਏ ਕਿਸਾਨ ਨੂੰ ਫालतू ਦੇ ਦੇ ਦੇਗਾ ਤੇ ਉਹ ਸਰਕਾਰੀ ਸਿਸਟਮ ਜਿਹੜਾ ਚੱਲ ਰਿਹਾ ਮੰਡੀਆਂ ਦਾ ਜਿਹਦੇ ਤੇ ਹਜ਼ਾਰਾਂ ਕਰੋੜ ਰੁਪਏ ਲਾ ਕੇ ਬਿਲਡ ਕੀਤਾ ਗਿਆ ਉਹ ਡਿਸਟਰੋਏ ਹੋ ਜਾਏਗਾ ਐਸਾ ਕਿਤੇ ਨਹੀਂ ਹੈ ਇਹ ਸਿਰਫ ਤੁਹਾਡੇ ਇੱਕ ਸਿਰਫ ਸ਼ੰਕਾਵਾਂ ਦੇ ਉੱਤੇ ਖੀਤੇ ਖੜੇ ਜਿਹੜੇ ਰੇਤ ਦੇ ਮਹਿਲ ਜਿਹੜੇ ਸ਼ੰਕਾਵਾਂ ਨਾਲ ਖੜੇ ਕੀਤੇ ਆ ਹਕੀਕਤ 'ਚ ਇਹਨਾਂ ਦੀ ਕੋਈ ਬੁਨਿਆਦ ਨਹੀਂ ਕੋਈ ਠੋਸ ਐਗਜ਼ਾਮਪਲ ਨਹੀਂ ਕੋਈ ਕਿਸੇ ਤਰੀਕੇ ਨਾਲ ਇਹਨਾਂ ਨੂੰ ਪ੍ਰੂਫ ਵੀ ਨਹੀਂ ਕਰ ਸਕਦਾ ਸਿਰਫ ਇਦਾਂ ਆ ਕਿ ਆ ਹੋ ਜਾਏਗਾ ਅਗਰ ਆ ਨਾ ਹੋਇਆ ਤੇ ਐਸਾ ਹੋ ਜਾਏਗਾ ਜੇ ਉਹ ਵਾਲਾ ਇਹਦੇ ਚ ਕੋਈ ਨਹੀਂ ਕਾਨੂੰਨ ਦੇ ਵਿੱਚ ਕਿਤੇ ਵੀ ਇੱਕ ਲਾਈਨ ਵੀ ਅਸੀਂ ਲਿਖੀ ਹੋਵੇ ਕਿ ਮੰਡੀ ਸਿਸਟਮ ਜਿਹੜਾ ਕ੍ਰੈਸ਼ ਹੋ ਜਾਏਗਾ ਐਸਾ ਕਿਤੇ ਨਹੀਂ ਹੈਗਾ ਸੋ ਇਸ ਕਰਕੇ ਮੈਂ ਇਹ ਕਹਾਂਗਾ ਕਿ ਪ੍ਰਾਈਵੇਟ ਆ ਜਾਏਗਾ ਪ੍ਰਾਈਵੇਟ ਆਏਗਾ ਸਮਕ ਕੰਪੀਟੀਸ਼ਨ ਵਧੇਗਾ ਅੱਜ ਜਿਸ ਦਿਨ ਦਾ ਤੁਸੀਂ ਆ ਰਹੇ ਕਿ ਤੁਸੀਂ ਮੱਕੀ ਜਿਹੜੀ 700-800 ਰੁਪਏ ਨੂੰ ਵਿਕਦੀ ਸੀ ਅੱਜ 1400 ਨੂੰ ਵਿਕਣ ਲੱਗ ਪਈ ਆ ਭਾਅ ਥੋੜਾ ਜਿਹਾ ਅੱਗੇ ਨੂੰ ਵਧਿਆ ਹੈ ਨਾ ਕਿਉਂ ਨਹੀਂ ਕਿਉਂ ਨਹੀਂ ਉਹਦੇ ਮਿਨੀਮਮ ਜਿਹੜੀ سپورਟ ਪ੍ਰਾਈਸ ਹੈ 1850 ਰੁਪਏ ਉਹਦੇ ਤੇ ਕਿਉਂ ਨਹੀਂ ਖਰੀਦਦੇ ਭਾਈ ਸਾਹਿਬ ਤੁਸੀਂ ਗੱਲ ਕੁਐਸਚਨ ਜੇ ਤਾਂ ਮੇਰੇ ਜੰਮਣ ਤੋਂ ਪਹਿਲਾਂ ਦੀ ਇਹ ਸਿਸਟਮ ਚੱਲਦਾ ਆ ਰਿਹਾ ਅੱਜ ਹੀ ਐਡਾਂ ਗਾਲੇ ਫਾਹਾਦ ਕਿਉਂ ਤੁਹਾਨੂੰ ਆ ਗਿਆ ਕਿ ਆਜੀਏ ਸਿਸਟਮ ਕਿਉਂ ਆ ਗਿਆ ਕਿ ਇੱਕ ਦਿਨ ਚ ਬਦਲ ਦੇਓ ਮੈਂ ਨਿਕਾ ਜਿਆ ਹੁੰਦਾ ਸੀ ਉਸ ਤੋਂ ਲੈ ਕੇ ਹਾਲੇ ਤੱਕ ਕਣਕ ਝੋਨਾ ਤੁਹਾਡਾ ਪੂਰਾ ਖਰੀਦ ਨਹੀਂ ਸੀ ਹੁੰਦਾ ਔਰ ਉਹ ਵੀ ਪੰਜਾਬ ਦੇ ਵਿੱਚ ਜੇ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਐਮਐਸਪੀ ਹੋ ਜਾਣੀ ਹੈ ਜਦੋਂ ਕਾਨੂੰਨ ਬਣਨਾ ਮੰਨ ਲਓ ਪਹਿਲੀ ਗੱਲ ਤਾਂ ਕਾਨੂੰਨ ਵੀ ਕਿਸੇ ਤਰੀਕੇ ਨਾਲ ਬਣ ਨਹੀਂ ਸਕਦਾ ਕਿਉਂਕਿ ਕਿਸੇ ਵੀ ਪ੍ਰੋਡਕਸ਼ਨ ਨੂੰ ਖਰੀਦਣਾ ਸਰਕਾਰ ਦੀ ਰਿਸਪੌਂਸਿਬਿਲਟੀ ਫਿਕਸ ਨਹੀਂ ਕੀਤੀ ਜਾ ਸਕਦੀ ਨੰਬਰ 2 ਮੰਨ ਲਓ 1% ਵੀ ਆਪਾਂ ਤੁਹਾਡੀ ਗੱਲ ਨੂੰ ਮੰਨ ਕੇ ਆਪਾਂ ਕਹਿੰਦੇ ਕਿ ਸ਼ਾਇਦ ਹੋ ਜਾਏ। ਅਗਰ ਸ਼ਾਇਦ ਇਹ ਹੋ ਵੀ ਜਾਵੇ ਤੇ ਕਾਨੂੰਨ ਹਿੰਦੁਸਤਾਨ ਦਾ ਬਣਨਾ ਪੰਜਾਬ ਦਾ ਨਹੀਂ ਤੇ ਜਦੋਂ ਐਮਐਸਪੀ ਲਾਗੂ ਹੋਈ ਤੇ ਪੰਜਾਬ ਦੇ ਹਿੱਸੇ 2% ਦੀ ਖਰੀਦ ਆਉਣੀ ਆ ਪਾਪੂਲੇਸ਼ਨ ਦੇ ਹਿਸਾਬ ਨਾਲ ਵੀ ਐਗਰੀਕਲਚਰ ਦੇ ਜੀਓਗ੍ਰਾਫੀਕਲੀ ਵੀ ਤੇ ਫਿਰ 98% ਜਿਹੜੀ ਖਰੀਦ ਹੈ ਉਹ ਬਾਹਰਲੀ ਬਾਕੀ ਸੂਬਿਆਂ ਚੋਂ ਨੇ ਇਹ ਤਾਂ ਕਿਸਾਨ ਆਪਣੇ ਪੈਰਾਂ ਚ ਆਪ ਖਵਾੜੀ ਮਾਰ ਰਿਹਾ ਇਸ ਕਰਕੇ ਮੈਂ ਉਹਨੂੰ ਕਹਾਂਗਾ ਕਿ ਇਸ ਪਾਸੇ ਨੂੰ ਕਿਉਂਕਿ ਕਦੇ ਵੀ ਕੋਈ ਵੀ ਚੀਜ਼ ਨੂੰ ਪ੍ਰਸਾਹਿਤ ਕੀਤਾ ਜਾ ਸਕਦਾ ਉਹਨੂੰ ਪੈਕੇਜ ਦਿੱਤਾ ਜਾਦਾ ਅੱਜ ਕਿਸਾਨੀ ਕਮਜ਼ੋਰ ਹੋ ਰਹੀ ਆ ਉਹਨੂੰ ਬਿਜਲੀ ਮਾਫ ਦਿੱਤੀ ਜਾ ਸਕਦੀ ਆ ਕਿਸਾਨੀ ਨੂੰ ਲੋੜ ਆ ਉਹਨੂੰ ਪਾਣੀ ਫਰੀ ਕੀਤਾ ਜਾ ਸਕਦਾ ਕਿਸਾਨੀ ਨੂੰ ਲੋੜ ਆ ਉਹਦੀ ਖਾਦ ਉਹਨੂੰ ਸਸਤੀ ਦਿੱਤੀ ਜਾ ਸਕਦੀ ਪਰ ਉਹਦੀ ਪ੍ਰੋਡਕਸ਼ਨ ਨੂੰ ਕਿਸੇ ਵੀ ਜਗ੍ਹਾ ਦੇ ਚਾਹੇ ਇੰਡਸਟਰੀ ਕਮਜ਼ੋਰ ਹੁੰਦੀ ਇੰਡਸਟਰੀ ਨੂੰ ਵੀ ਇਦਾਂ ਦਿੰਦੇ ਆ ਕਿਸੇ ਚੀਜ਼ ਨੂੰ ਕਿਤੇ ਵੀ ਲੋੜ ਹੁੰਦੀ ਆ ਤਾਂ ਸਰਕਾਰ ਪੈਕੇਜ ਦਿੰਦੀ ਆ ਕਿਤੇ ਕਾਨੂੰਨ ਬਣਾ ਕੇ ਫਿਕਸ ਨਹੀਂ ਕਰਦੀ ਕਿ ਸਰਕਾਰ ਹੀ ਖਰੀਦੇਗੀ ਹੁਣ ਐਗਜ਼ਾਮਪਲ ਦੇ ਤੌਰ ਤੇ ਅੱਜ ਕਰੋਨਾ ਦੀ ਮਹਾਮਾਰੀ ਦੇ ਵਿੱਚ ਪੂਰੀ ਦੁਨੀਆ ਜਿਹੜੀ ਤਰਸਦੀ ਹੈ ਔਰ ਜਿਹੜੀ ਹੈ ਹਿੰਦੁਸਤਾਨ ਚ ਨਾ ਤਾਂ ਤੁਹਾਡੇ ਕੋਲ ਪ੍ਰੋਪਰ ਮਾਸਕ ਸੀਗੇ ਨਾ ਤੁਹਾਡੇ ਕੋਲ ਪੀਪੀ ਇੱਕ ਵੀ ਪੀਪੀ ਕਿੱਟ ਨਹੀਂ ਸੀ ਬਣਦੀ ਔਰ ਅੱਜ ਪੋਜੀਸ਼ਨ ਇਹ ਹੋ ਗਈ ਕਿ ਪੂਰੀ ਦੁਨੀਆ ਨੂੰ ਜਿਹੜੇ ਕਰ ਸਕਦਾ ਸਪਲਾਈ ਕਰ ਸਕਦਾ ਪਰ ਜਦੋਂ ਸਰਕਾਰ ਨੇ ਸਾਰਿਆਂ ਨੂੰ ਅਫਵਾਹਾਂ ਕੀ ਦਿੱਤਾ ਕਿ ਤੁਸੀਂ ਪੀਪੀ ਕਿੱਟ ਬਣਾਓ ਸੈਨੀਟਾਈਜ਼ਰ ਬਣਾਓ ਮਾਸਕ ਬਣਾਓ ਅੱਜ ਜਿਹੜਾ ਤੁਹਾਡਾ ਜਿਹੜਾ ਮਾਸਟਰ ਦੇ ਵਿੱਚ ਅਸੀਂ ਵੱਧ ਗਏ ਔਰ ਐਸਾ ਹੋ ਗਿਆ ਕਿ ਸਾਡੀ ਲੋੜ ਨਾਲੋਂ ਵੱਧ ਬਣਨ ਲੱਪਿਆ ਤੇ ਕੱਲੂ ਲੋਕੀ ਇਹ ਕਹਿਣਗੇ ਕਿ ਤੁਸੀਂ ਸਾਨੂੰ ਸਰਕਾਰ ਨੇ ਕਿਹਾ ਸੀ ਬਣਾਓ ਤੇ ਸਾਡੇ ਕੋਲੋਂ ਖਰੀਦੋ ਐਸਾ ਨਹੀਂ ਹੁੰਦਾ ਇਹ ਤਾਂ ਪ੍ਰਮੋਟ ਕਰਨ ਦੇ ਲਈ ਸਰਕਾਰਾਂ ਇੱਕ ਪੈਕੇਜ ਦੇਣੀ ਆ ਔਰ ਉਹਨਾਂ ਨੂੰ ਪ੍ਰਮੋਟ ਕਰਦੀਆਂ ਔਰ ਜਿੱਥੇ ਤੱਕ ਸੇਲ ਅਮਾਉਂਟ ਜੜੀ ਆ ਤੁਸੀਂ ਕਮੋਡਿਟੀ ਦੀ ਗੱਲ ਕਰ ਰਹੇ ਹੋ ਸਵਾਲ ਹੈਗਾ ਉਹ ਸਵਾਲ ਇਹ ਹੈ ਵੀ ਪੰਜਾਬ ਦੇ ਕਿਸਾਨਾਂ ਨੇ ਜਿਹੜੇ ਉਹਨਾਂ ਦੇਸ਼ ਨੂੰ ਅਨਾਜ ਦੇ ਖੇਤਰ ਦੇ ਵਿੱਚ ਆਤਮ ਨਿਰਭਰ ਬਣਾਇਆ ਜਿਹੜੀ ਤੁਸੀਂ 2% ਵਾਲੀ ਗੱਲ ਕਹਿਨੇ ਆ ਉਸ ਦਾ ਮਤਲਬ ਪੰਜਾਬ ਦੇ ਕਿਸਾਨਾਂ ਨੇ ਜਿਹੜੀ ਆਪਣੀ ਜ਼ਮੀਨ ਖਰਾਬ ਕਰਕੇ ਇਹਦੀ ਫੈਲ ਖਰਾਬ ਕਰਕੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੁਣ ਉਹਦੀ ਸੱਚ ਜਾ ਮੈਂ ਸਜ਼ਾ ਨਹੀਂ ਮੈਂ ਸੁਜੈਸ਼ਨ ਦਿੰਦਾ ਹਾਂ ਔਰ ਮੈਂ ਕਿਤੇ ਕਾਨੂੰਨ ਮੈਂ ਵੀ ਕਿਹਾ ਕਿ ਕਾਨੂੰਨ ਬਣ ਨਹੀਂ ਸਕਦਾ ਕਿਉਂਕਿ ਸਭ ਤੋਂ ਵੱਡਾ ਮੈਨੂੰ ਪਤਾ ਹੀ ਇਹ ਤਨੂੰਨ ਬਣ ਗਿਆ ਤੇ ਸਭ ਮੰਨ ਲਓ ਪਹਿਲੀ ਗੱਲ ਬਣ ਨਹੀਂ ਸਕਦਾ ਮੰਨ ਲਓ ਕਿ ਤੁਹਾਡੀ ਮੰਨ ਲਓ ਕਿਸੇ ਦੇ ਪਾਸੇ ਆਪਕ ਮਨ ਵੀ ਲਈਏ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆ ਮੈਂ ਇਸ ਪਾਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਮੈਂ ਕੋਈ ਸਜ਼ਾ ਨਹੀਂ ਕਿਹਾ ਮੈਂ ਤੇ ਉਸਦੇ ਹੱਕ ਚ ਹੀ ਦੀ ਅਗੇ ਇਸ ਪਾਸੇ ਪੰਜਾਬ ਦਾ ਇੱਕ ਪਾਸੇ ਵੀ ਪ੍ਰ ਤਿੰਨ ਵੀ ਨੁਕਸਾਨ ਹੋਵੇ ਅਤੇ ਜਿੱਥੇ ਤੱਕ ਗੱਲ ਹੋਵੇ ਪੰਜਾਬ ਦੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਨੰਮ ਪਾਉਂਦੇ ਵੀ ਆ ਉਹ ਤੁਹਾਨੂੰ ਇਹ ਵੀ ਪਤਾ ਹੈ ਕਿ ਜਦੋਂ ਪਾਣੀਆਂ ਦੀ ਗੱਲ ਆਉਂਦੀ ਹੈ ਤੇ ਅਸੀਂ ਕਿਸਾਨੀ ਨੂੰ ਬਚਾਉਣ ਲਈ ਸਭ ਤੋਂ ਜਗ੍ਹਾ ਨਾਲ ਖੜੇ ਹੁੰਦੇ ਆ ਕਿ ਪਾਣੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਕੋਲ ਫालतू ਪਾਣੀ ਨਹੀਂ ਹੈ ਇਸ ਕਰਕੇ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਸਾਡਾ ਸਟੇਟ ਜਿਹੜਾ ਸਟੈਂਡ ਬਿਲਕੁਲ ਕਲੀਅਰ ਆ ਭਾਵੇਂ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਕਿ ਦੰਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਪਰ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਈ ਆ ਤੇ ਅਸੀਂ ਸਟੈਂਡ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਦੇ ਲਈ ਕੀਤਾ ਔਰ ਅੱਜ ਵੀ ਜੇ ਅਸੀਂ ਕੋਈ ਗੱਲ ਕਹਿ ਰਹੇ ਆ ਤੇ ਪੰਜਾਬ ਅੱਜ ਜੇ ਅਸੀਂ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰ ਰਹੇ ਆ ਤਾਂ ਮੈਂ ਇਸੀ ਚੀਜ਼ ਨੂੰ ਗੱਲ ਕਰਕੇ ਜਿਹੜੀ ਮੈਂ ਇਗਜ਼ਾਮਪਲ ਦਿੱਤੀ ਹੈ ਉਹ ਇਸ ਕਰਕੇ ਦੇਣੀ ਚਾਹ ਰਹੇ ਆ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਕੋ ਕਿਸਾਨੀ ਨੂੰ ਬਚਾਉਣ ਲਈ ਔਰ ਪੰਜਾਬ ਦੇ ਲਈ ਖੜੇ ਆ ਔਰ ਇਸ ਕਰਕੇ ਤੁਹਾਨੂੰ ਮੈਂ ਉਹ ਐਗਜ਼ਾਮਪਲ ਦੇ ਤੌਰ ਤੇ ਦੱਸਿਆ ਨਾ ਕਿ ਉਹ ਕਾਨੂੰਨ ਬਣਾਉਣ ਦਾ ਤਰੀਕਾ ਦੂਜੀ ਦੂਜੀ ਗੱਲ ਜੇ ਸਾਰਾ ਕੁਝ ਠੀਕ ਹੈ ਤਾਂ ਫਿਰ ਕੇਂਦਰ ਸਰਕਾਰ ਕੇ ਇਸ ਮਾਮਲੇ ਤੇ ਗੱਲਬਾਤ ਕਰਕੇ ਕੀ ਮਾਮਲਾ ਹੱਲ ਕਰੇਗਾ ਜਿਹੜੇ ਇਹ ਤਾਂ ਕਿਸਾਨ ਆਪਣੀ ਗੱਲ ਮੈਂ ਤੇ ਇਹ ਦੇਖੋ ਅਸੀਂ ਕਿੰਨੀ ਵਾਰੀ ਕਹਿ ਚੁੱਕੇ ਹਾਂ ਕਿ ਅਸੀਂ ਹੋ ਸਕਦਾ ਕਿ ਤੁਹਾਡੀ ਕਿਸਾਨ ਆਪਣੀ ਕੋ ਗੱਲ ਵਧੀਆ ਤਰੀਕੇ ਨਾਲ ਸਮਝਾਉਣੀ ਚਾਹੁੰਦੇ ਹੋਣਗੇ ਅਸੀਂ ਵੀ ਬਾਰ ਬਾਰ ਕਹਿੰਦੇ ਰਹੇ ਕਿ ਅਸੀਂ ਗੱਲ ਸਮਝਣ ਨੂੰ ਤਿਆਰ ਆ ਅਸੀਂ ਸਮਝਾਉਣ ਨੂੰ ਤਿਆਰ ਆ ਜੇ ਕੋਈ ਗਲਤੀ ਹੈ ਸਾਨੂੰ ਸਮਝਾ ਦਿਓ ਬਹੁਤ ਵਾਰੀ ਬਹੁਤ ਮਨਚਾ ਤੋਂ ਮੈਂ ਕਹਿ ਦਿੱ ਚੁਕਾ ਆ ਔਰ ਅਗਰ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਤੁਹਾਡੇ ਕਾਨੂੰਨ ਦੇ ਵਿੱਚ ਆ ਨੁਕਸਾ ਤੇ ਕੇਂਦਰ 'ਚ ਸਮਝਾ ਦੇ ਦੇਣਗੇ ਔਰ ਜੇ ਉਹਨਾਂ ਨੂੰ ਲੱਗਦਾ ਹੈ ਕਿ ਬਾਕੀ ਇਹਦੇ 'ਚ ਨੁਕਸਾਨ ਹੋਏਗਾ ਔਰ ਸਾਨੂੰ ਮੈਂ ਤਾਂ ਪਹਿਲਾਂ ਕਿਹਾ ਸੀ ਕਿ ਜੇ ਮੈਨੂੰ ਕਿਸਾਨ ਵੀ ਸਮਝਾਉਣਗੇ ਤਾਂ ਮੈਂ ਤਾਂ ਉਹਨਾਂ ਨਾਲ ਖੜਾ ਆਉਂਗਾ ਕਿਉਂਕਿ ਮੇਰੇ ਲਈ ਪੰਜਾਬ ਜੇ ਮ ਪਾਣੀਆਂ ਦੇ ਮੁੱਦੇ ਤੇ ਕਿਸਾਨਾਂ ਨਾਲ ਖੜਾ ਪੰਜਾਬ ਨਾਲ ਖੜਾ ਤਾਂ ਜੇ ਕਿਸਾਨੀ ਦਾ ਕੋਈ ਤੇ ਨੁਕਸਾਨ ਹੁੰਦਾ ਹੈ ਪੰਜਾਬ ਦੇ ਦਾ ਤਾਂ ਮੈਂ ਪੂਰੇ ਪੰਜਾਬ ਦੇ ਕਿਸਾਨਾਂ ਨਾਲ ਖੜਾ ਹਾਂਗਾ ਪਰ ਗੱਲ ਸਾਨੂੰ ਸਮਝਾ ਦਿੱਤ ਦੇਣਾ ਇਹ ਮੇਰਾ ਵੀ ਮਰਿਆ ਔਰ ਇਸ ਕਰਕੇ ਅਸੀਂ ਇਹ ਕਹਿ ਰਹੇ ਕਿ ਅਸੀਂ ਤੱਕ ਜੋ ਸਮਝਿਆ ਉਹ ਇਹੀ ਸਮਝਿਆ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਹਿੱਤ ਚ ਹੈ ਔਰ ਇਹ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੇ ਹਿੱਤ ਚ ਇਹ ਹੀ ਅਸੀਂ ਦੱਸਣਾ ਚਾਹੁੰਦੇ ਹਾਂ ਇੱਕ ਹੋਰ ਮਾਮਲਾ ਸੀ ਕਿ ਗਿੱਤੀ ਜਿਹੜਾ ਸੂਬਿਆਂ ਦਾ ਵਿਸ਼ਾ ਸੀਗਾ ਕੇਂਦਰ ਸਰਕਾਰ ਨੇ ਕਿਸੇ ਵੀ ਸਟੇਟ ਗਵਰਨਮੈਂਟ ਨਾਲ ਕੋਈ ਇਹਦੇ ਤੇ ਸਲਾਹ مشورہ ਨਹੀਂ ਕੀਤਾ ਕਿ ਇਹ ਵਿਧਾਨ ਸਭਾ ਜਿਹਦੇ ਬਹਿਸ ਨਹੀਂ ਕਰਵਾਈ ਇਹ ਕਿਉਂ ਕੀਤਾ ਕਿ ਸੂਬਿਆਂ ਦੇ ਜਿਹੜੇ ਸੰਗੀ ਢਾਂਚੇ ਤੇ ਉੱਪਰ ਇਹ ਹਮਲਾ ਨਹੀਂ ਸੀ ਦੇਖੋ ਇਹ ਕਹਿਣਾ غلط ਆ ਕਿ ਕਿਉਂ ਸੂਬਿਆਂ ਨਾਲ ਕੀਤਾ ਨਹੀਂ ਗਿਆ ਸਲਾਹ مشورہ ਨਹੀਂ ਕੀਤਾ ਗਿਆ ਬਕਾਇਦਾ ਸੂਬਾ ਬਿਆ ਨਾਲ ਸਲਾਮ مشورہ ਹੋਇਆ اور ਇਹਦੇ ਚ ਮੈਂ ਤੁਹਾਨੂੰ ਹੋਰ ਵੀ ਦੱਸ ਦਿੰਦਾ ਕਿ 2 ਮਿੰਟਾਂ ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਮੰਤਰੀ ਜੀ ਨੂੰ ਨਿਮੰਤਰਣ ਦਿੱਤਾ ਗਿਆ ਸੀ ਔਰ ਇੱਕ ਦੇ ਵਿੱਚ ਮਾਨਯੋਗ ਤੁਹਾਡੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ ਵੀ ਗਏ ਸੀ ਔਰ ਇਹ ਕਹਿ ਕੇ ਆਏ ਸੀ ਕਿ ਤੁਸੀਂ ਜਿਹੜੇ ਅੱਜ ਬਿੱਲ ਦੀ ਗੱਲ ਕਰ ਰਹੇ ਬੜੀ ਛਾਤੀ ਠੋਕ ਕੇ ਕਹਿ ਕੇ ਆਏ ਸੀ ਕਿ ਤੁਸੀਂ ਜਿਹੜੇ ਬਿੱਲ ਦੀ ਅੱਜ ਗੱਲ ਕਰ ਰਹੇ ਆ ਅਸੀਂ ਤਾਂ 2017 ਚ ਲਾਗੂ ਕਰ ਦਿੱਤਾ ਔਰ ਇਹ ਗੱਲ ਉਹਨਾਂ ਦੇ ਔਨ ਰਿਕਾਰਡ ਹੈ ਇਹਦਾ ਮਤਲਬ ਔਨ ਰਿਕਾਰਡ ਉਦੋਂ ਹੀ ਆਈ ਜਦੋਂ ਸੂਬਿਆਂ ਦੇ ਨਾਲ ਮੀਟਿੰਗਾਂ ਹੋਈਆਂ ਸੋ ਇਹ ਨਹੀਂ ਕਹਿ ਸਕਦੇ ਕਿ ਸੂਬਿਆਂ ਨਾਲ ਮੀਟਿੰਗਾਂ ਨਹੀਂ ਹੋਈਆਂ ਇਹ ਕਹਿਣਾ ਵੀ ਗਲਤ ਹੈ ਕਿ ਵੀ ਸੂਬਿਆਂ ਤੋਂ ਬਿਨਾ ਪੁੱਛੇ ਦੱਸੇ ਕਿਸਾਨਾਂ ਨਾਲ ਗੱਲ ਕੀਤੇ ਬਿਨਾ ਜਦੋਂ ਆਲ ਇੰਡੀਆ ਦੀ ਕੋਈ ਗੱਲ ਬਣਦੀ ਹੈ ਤਾਂ ਉਦੋਂ ਆਲ ਇੰਡੀਆ ਦੀਆਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਦੇ ਵਿੱਚ ਵੀ ਉਹ ਜਿਹੜੀ ਨੀਤੀ ਆਯੋਗ ਨੇ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਸਾਰੇ ਚੀਫ ਮਿਨਿਸਟਰਾਂ ਦੀ ਪ੍ਰਧਾਨ ਮੰਤਰੀ ਜੀ ਨੇ ਬੈਠ ਕੀਤੀ ਉਸ ਤੋਂ ਇਲਾਵਾ ਸਾਡੇ ਬਾਕੀਆਂ ਨੇ ਵੀ ਸਰਕਾਰੀ ਤੌਰ ਤੇ ਜਿਹੜੀਆਂ ਮੀਟਿੰਗਾਂ ਹੁੰਦੀਆਂ ਉਹ ਬਕਾਇਦਾ ਹੋਈਆਂ ਔਰ ਪੰਜਾਬ ਨੇ ਆਪਣਾ ਹਿੱਸਾ ਹੀ ਨਹੀਂ ਲਿਆ ਔਰ ਇਹ ਛਾਤੀ ਠੋਕੇ ਕਹਿ ਕੇ ਐਜੀ ਕਿ ਜਿਹੜਾ ਹਿੰਦੁਸਤਾਨ ਦੇ ਕੇਂਦਰ ਦਾ ਕਾਨੂੰਨ ਅੱਜ ਬਣਾਉਣ ਦੀ ਗੱਲ ਕਰਦੇ ਆ ਅਸੀਂ 2017 ਚ ਬਣਾ ਕੇ ਲਾਗੂ ਵੀ ਕਰ ਦਤਾਂ ਇਹ ਛਾਤੀ ਠੋਕੇ ਆਏ ਸੀ ਮਨਪ੍ਰੀਤ ਬਾਦਲ ਨੇ ਤਾਂ ਬਾਅਦ ਚ ਕਿਹਾ ਵੀ ਅਸੀਂ ਤਾਂ ਕਦੇ ਸਹਿਮਤੀ ਦਿੱਤੀ ਹੀ ਨਹੀਂ ਮੈਂ ਕਿਹਾ ਦਿਖਾ ਦਿਓ ਜਿਹੜੀ ਆ ਗੱਲ ਕਹੀ ਆ ਮੈਂ ਇੰਨੀ ਵਾਰ ਕਹਿੰਦਾ ਦੱਸਣਾ ਕਿਉਂ ਨਹੀਂ ਕਿ ਮੈਂ ਗਲਤ ਕਹਿ ਰਿਹਾ ਫੇ ਮੈਨੂੰ ਮੇਰੇ ਤੇ ਮੇਰੀ ਗੱਲ ਨੂੰ ਖੰਡਨ ਕਰਨਾ ਕਿ ਵੀ ਵੀ ਜੇ ਸਾਂਪਲਾ ਗਲਤ ਕਰ ਰਿਹਾ ਅਸੀਂ ਤਾਂ ਬੜੀ ਗੱਲ ਤੇ ਕਹਿੰਦਾ ਮੈਂ ਤਾਂ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਕਰਤਾ ਜਿੱਥੇ ਉਹਨਾਂ ਦੇ ਨੁਮਾਇੰਦੇ ਬੈਠੇ ਸੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੈਠੇ ਸੀ ਔਰ ਤੁਸੀਂ ਉਹਦੇ ਗਵਾਹ ਵੀ ਆ ਤੁਸੀਂ ਤੁਹਾਡੇ 'ਚ ਵੀ ਉਹ ਤੁਹਾਡੀ ਹਾਜ਼ਰੀ ਵੀ ਸੀਗੀ ਕਿ ਮੈਂ ਤਾਂ ਉੱਥੇ ਵੀ ਕਹਿ ਕੇ ਆਇਆ ਅਗਰ ਉਹਨਾਂ ਨੇ ਕਿਹਾ ਆ ਇਹ ਔਨ ਰਿਕਾਰਡ ਹੈ ਕਿ ਉਹਨਾਂ ਨੇ ਆਪਣੀ ਸਹਿਮਤੀ ਦਿੱਤੀ ਹੋਆ ਸੋ ਬਾਕੀ ਜੋ ਮਰਜੀ ਅੰਦਰ ਹੁਣ ਸਹਿਮਤੀ ਨਾ ਸਹਿਮਤੀ ਦਿੱਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਵਿਧਾਨ ਸਭਾ ਦੇ ਵਿੱਚ ਉਹ ਕਾਨੂੰਨ ਆਪੇ ਬਣਾ ਲਿਆ ਜਿਹੜਾ ਬਣ ਨਹੀਂ ਸਕਦਾ ਸੀ ਉਹ ਬਾਹਰ ਆਉਂਦੇ ਆਂ ਉਹਨਾਂ ਨੇ ਕੀ ਰੌਲਾ ਪਾਇਆ ਕਿ ਨਹੀਂ ਜੀ ਉਹ ਗਲਤ ਹੋ ਗਿਆ ਔਰ ਇੱਕ ਪਾਰਟੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਆਏ ਕਹਿੰਦੇ ਬਣ ਨਹੀਂ ਸਕਦਾ ਫੇ ਜੇ ਨਹੀਂ ਬਣ ਸਕਦਾ ਤੂੰ ਤੁਹਾਡੇ ਉੱਤੇ ਐਮਐਲਏ ਕੀ ਕਰਦੇ ਸੀ ਜੇ ਦੂਸਰੇ ਪਾਸੇ ਆ ਅਕਾਲੀ ਦਲ ਨੇ ਵੀ ਆਣ ਕੇ ਰੌਲਾ ਪਾਇਆ ਇਹ ਹੋ ਹੀ ਨਹੀਂ ਸਕਦਾ ਫੇ ਨਹੀਂ ਹੋ ਸਕਦਾ ਫੇ ਤੁਸੀਂ ਅੰਦਰ ਕਿਉਂ ਝੂਠੇ ਦੇ ਨਾਲ ਖੜੇ ਸੀਗੇ ਸੋ ਇਹ ਇੱਥੇ ਡਰਾਮੇ ਬਾਜੀ ਬਾਕੀ ਪਾਰਟੀਆਂ ਦੀ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਕਾਂਗਰਸ ਦੀ ਵੀ ਜਾਂ ਮਨਪ੍ਰੀਤ ਬਾਦਲ ਦੀ ਵੀ ਡਰਾਮੇਬਾਜ਼ੀ ਹੋ ਸਕਦੀ ਹੈ ਉਹ ਚ ਕੀ ਵੱਡੀ ਗੱਲ ਨਹੀਂ ਨਹੀਂ ਉੱਥੇ ਸਹਿਮਤੀ ਨਹੀਂ ਜੀ ਉਹ ਤੋਂ ਬਾਅਦ ਉਹ ਗਵਰਨਰ ਨੂੰ ਮਿਲੇ ਸਾਰੇ ਰਾਜਪਾਲ ਨੂੰ ਇਕੱਠੇ ਹੋ ਕੇ ਮਿਲੇ ਉੱਥੇ ਤੱਕ ਉਹਨਾਂ ਦੀ ਸਾਰਿਆਂ ਦੀ ਸਹਿਮਤੀ ਸੀਗੀ ਮਤਲਬ ਵੀ ਇਹ ਜਿਹੜਾ ਇਹ ਤਾਂ ਫਿਰ ਤੁਸੀਂ ਮੇਰੀ ਗੱਲ ਦੀ ਉਹੀ ਗੱਲ ਦੀ ਸਹਿਮਤੀ ਦੇ ਦਿੱਤੀ ਕਿ ਇਹ ਹਕੀਕਤ ਦੇ ਵਿੱਚ ਮਸਲਾ ਨਹੀਂ ਹੈ ਰਾਜਨੀਤੀ ਕਰਨਾ ਮੈਂ ਵੀ ਇਹੀ ਕਹਿਣਾ ਚਾਹੁੰਦਾ ਅੱਜ ਤੁਸੀਂ ਉਸੇ ਗੱਲ ਨੂੰ ਕਹ ਦਿੱਤਾ ਕਿ ਸਾਰੇ ਜਣੇ ਇਕੱਠੇ ਹੋ ਕੇ ਗਵਰਨਰ ਕੋ ਵੀ ਜਾਂਦੇ ਪਰ ਬਾਹਰ ਆਣ ਕੇ ਕੀ ਹੁੰਦਾ ਸੋ ਇਸ ਕਰਕੇ ਰਾਜਨੀਤੀ ਦਾ ਸ਼ਿਕਾਰ ਅੱਜ ਕਿਸਾਨ ਹੋ ਕਰਨ ਰਹੇ ਆ ਹਕੀਕਤ ਦੇ ਵਿੱਚ ਕੋਈ ਰਾਜਨੀਤਿਕ ਪਾਰਟੀ ਇਹਨਾਂ ਦੇ ਵਿੱਚੋਂ ਨਹੀਂ ਚਾਹੁੰਦੀ ਜਿੰਨੀਆਂ ਬੈਠੀਆਂ ਰੌਲਾ ਪਾਉਣ ਲਈਆਂ ਕਿ ਕਿਸਾਨ ਖੁਸ਼ਹਾਲ ਹੋਵੇ ਜਿਵੇਂ ਅੱਜ ਮੋਦੀ ਸਾਹਿਬ ਜਾਂ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਕੇ ਕੇਂਦਰੀ ਸਰਕਾਰ ਅੱਜ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਸਾਡੀ ਦਾਇਤ ਹੈ ਤੇ ਉਹਨੂੰ ਸਮਝਣ ਦੀ ਵੀ ਲੋੜ ਹੈ ਮੈਂ ਅਪੀਲ ਤੁਹਾਡੇ ਮਾਧਿਅਮ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਕਰਾਂਗਾ ਕਿ ਇਹਨੂੰ ਸਮਝਣ ਜ਼ਰੂਰ ਔਰ ਸਮਝ ਕੇ ہاں ਤੁਹਾਨੂੰ ਮੀਟਿੰਗਾਂ 'ਚ ਬੁਲਾ ਰਹੇ ਨੇ ਕੇਂਦਰ 'ਚ ਕੋਈ ਤਰੁਟੀ ਹੈ ਤਾਂ ਤੁਸੀਂ ਦੱਸ ਕੇ ਆਓ ਔਰ ਉਹਦਾ ਕਾਰਨ ਇਹ ਨਾ ਹੋਵੇ ਕਿ ਪੰਜਾਬ ਦੀਆਂ ਰੇਲ ਗੱਡੀਆਂ ਬੰਦ ਕਰ ਲਈਏ ਔਰ ਪੰਜਾਬ ਦੇ ਕਿਸਾਨੀ ਦੇ ਨਾਲ-ਨਾਲ ਕਿਸਾਨੀ ਤਬਾਹ ਹੋ ਹੀ ਰਹੀ ਆ ਔਰ ਨਾਲ-ਨਾਲ ਜਿਹੜਾ ਉਦਯੋਗ ਵੀ ਇੰਡਸਟਰੀ ਵੀ ਤਬਾਹ ਹੋ ਜਾਏ ਇਹ ਵੀ ਪੰਜਾਬ ਦਾ ਨਾਲ ਖਿਲਵਾੜ ਨਾ ਹੋਣਾ ਚਾਹੀਦਾ ਸੋ ਕਿਸਾਨਾਂ ਨੂੰ ਆਪਣੀ ਗੱਲ ਕੰਨ ਦਾ ਅਧਿਕਾਰ ਆ ਪ੍ਰੋਟੈਸਟ ਕਰਨ ਦੇ ਹੋਰ ਬੜੇ ਤਰੀਕੇ ਆ ਔਰ ਰੇਲ ਗੱਡੀਆਂ ਰੋਕ ਕੇ ਜਾਂ ਕੋਈ ਸੜਕਾਂ ਜਾਮ ਕਰਕੇ ਇਹ ਇੱਕ ਅੱਧੇ ਦਿਨ ਲਈ ਤਾਂ ਠੀਕ ਰਹਿੰਦੀ ਆ ਪਰ ਲੰਬੇ ਸਮੇਂ ਮਹੀਨਿਆਂ ਬਧੀ ਚਲਾਉਣਾ ਦੇਸ਼ ਦਾ ਔਰ ਸੂਬੇ ਦਾ ਬਹੁਤ ਵੱਡਾ ਕਾਣ ਹੋਏਗਾ ਇਹਦੇ ਨਾਲ ਇਹਦੇ ਨਾਲ ਕੱਲੀ ਕਿਸਾਨੀ ਨਹੀਂ ਨਾਲ ਨਾਲ ਮੈਂ ਇਹ ਮੰਨਦਾ ਕਿ ਉਹਦੇ ਚ ਬਾਕੀ ਪੰਜਾਬ ਹੀ ਪੂਰਾ ਤਬਾਹ ਹੋ ਜਾਏਗਾ ਔਰ ਜਿਸ ਤਰੀਕੇ ਦੇ ਹਾਲਾਤ ਅੱਜ ਬਣੇ ਆ ਕੱਲ ਨੂੰ ਕੋਈ ਇਨਵੈਸਟਰ ਪੰਜਾਬ ਚ ਆਏਗਾ ਐਸੀ ਸਾਨੂੰ ਉਮੀਦ ਨਜ਼ਰ ਨਹੀਂ ਆਉਂਦੀ ਇਸ ਹਾਮਲਾ ਸਾਹਿਬ ਇਸ ਮਾਮਲੇ ਜਿਹਦਾ ਤੁਹਾਡੀ ਕੇਂਦਰ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਹੈ ਇਸ ਕਰਕੇ ਕਿਉਂਕਿ ਉਹਨਾਂ ਨੇ ਕਿਸਾਨਾਂ ਨੇ ਐਲਾਨ ਕਰਤਾ ਵੀ ਮਾਲ ਗੱਡੀਆਂ ਚਲਾਓ ਜਿਸ ਦਿਨ ਤੁਸੀਂ ਕਿਹਾ ਟ੍ਰੈਕ ਖਾਲੀ ਕਰੋ ਉਸ ਤੋਂ ਬਾਅਦ ਉਹਨਾਂ ਨੇ ਟ੍ਰੈਕ ਖਾਲੀ ਕਰ ਦਿੱਤੇ ਤੁਸੀਂ ਹੁਣ ਕਿਹਾ ਵੀ ਮਸਾਫਰ ਗੱਡੀਆਂ ਵੀ ਨਾਲ ਚੱਲਣੀਆਂ ਚਾਹੀਦੀਆਂ ਜੇ ਜਿਹੜੀ ਮਾਲ ਗੱਡੀਆਂ ਚੱਲ ਪੈਂਦੀਆਂ ਉਹਦੇ ਨਾਲ ਮਸਾਫਰ ਗੱਡੀਆਂ ਚੱਲਣ ਦਾ ਵੀ ਰਸਤਾ ਖੁੱਲ ਸਕਦਾ ਹੈ ਗੱਲ ਇਦਾਂ ਹੈ ਕਿ ਇਹ ਜਿਹੜਾ ਕੰਮ ਹੈ ਇਹ ਰੇਲਵੇ ਦਾ ਕੰਮ ਹੈ ਔਰ ਰੇਲਵੇ ਨੇ ਜਦੋਂ ਆਪਣਾ ਕੰਮ ਕਰਨਾ ਉਹਨੇ ਕਿਤੇ ਪਿਕ ਐਂਡ ਚੂਸ ਨਹੀਂ ਕਰਨਾ ਹੁੰਦਾ ਵੀ ਇੰਨਾ ਚੱਲੇਗਾ ਇੰਨਾ ਨਹੀਂ ਚੱਲੇਗਾ ਇਹ ਰੇਲਵੇ ਦਾ ਕੰਮ ਹੈ ਉਹਦੇ 'ਚ ਮੇਰੇ ਜਾਂ ਤੁਹਾਡੇ ਕਹਿਣ ਨਾਲ ਕੁਝ ਨਹੀਂ ਹੋਣਾ ਰੇਲਵੇ ਦਾ ਬਹੁਤ ਵੱਡਾ ਇੱਕ ਆਪਣਾ ਸਟਰਕਚਰ ਆ ਔਰ ਉਹਨਾਂ ਨੇ ਇਹ ਚਲਾਉਣਾ ਹੁੰਦਾ ਨਾ ਕਿ ਇਹਨੂੰ ਕੰਟਰੋਲ ਕੋਈ ਮੈਂ ਜਾਂ ਤੁਸੀਂ ਜਾਂ ਇਹ ਜਾਂ ਕੋਈ ਵੀ ਕਰੇ ਕੰਟਰੋਲ ਕੰਦਾ ਜਿਹੜਾ ਕੰਮ ਆ ਉਹ ਉਹਨਾਂ ਦਾ ਆ ਔਰ ਇਸ ਕਰਕੇ ਮੇਰਾ ਜਿਹੜਾ ਕਿਸਾਨਾਂ ਨੂੰ ਵੀ ਅਪੀਲ ਆ ਕਿ ਉਹਦੇ 'ਚ ਤੁਹਾਡਾ ਵੀ ਫਾਇਦਾ ਹੁਣ ਕੱਲਾ ਹੀ ਉਹਦੇ ਨਾਲ ਮਾਲ ਗੱਡੀਆਂ ਚੱਲ ਜਾਣ ਜਿਸ ਕਿਸੇ ਦਾ ਸ਼ਰਧਾਲੂ ਦਾ ਅੰਮ੍ਰਿਤਸਰ ਆਉਣ ਦਾ ਦਿਲ ਕਰਦਾ ਹੋਵੇ ਕਿਉਂ ਨਾ ਜਾਵੇ ਕੀ ਉਹਨੂੰ ਜਾਣ ਦਾ ਅਧਿਕਾਰ ਨਹੀਂ ਜਿਸ ਦਾ ਵੈਸ਼ਨੋ ਦੇ ਵੀ ਜਾਣ ਨੂੰ ਦਿਲ ਕਰਦਾ ਹੋਵੇ ਉਹਦਾ ਜਾਣ ਦਾ ਅਧਿਕਾਰ ਨਹੀਂ ਉਹ ਤੁਸੀਂ ਕਿਸ ਤਰ੍ਹਾਂ ਹਨਨ ਕਰ ਸਕਦੇ ਹੋ ਔਰ ਕੱਲੀ ਇਹ ਗੱਡੀ ਚੱਲੇਗੀ ਇਹ ਨਹੀਂ ਚੱਲੇਗੀ ਇਹ ਕਹਿਣਾ ਆਪਣੇ ਸਭ ਨਹੀਂ ਬਾਕੀਆਂ ਦੇ ਵੀ ਉਹਨਾਂ ਦੇ ਅਧਿਕਾਰ ਆ ਆਪਾਂ ਉਹਨਾਂ ਦਾ ਵੀ ਖਿਆਲ ਕਰੀਏ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਕਿਸਾਨ ਭਰਾਵਾਂ ਨੂੰ ਅਪੀਲ ਬੇਨਤੀ ਵੀ ਕਰਾਂਗਾ ਕਿ ਆਪਾਂ ਸੂਬੇ ਦੀ ਖੁਸ਼ਹਾਲੀ ਲਈ ਗੱਡੀਆਂ ਦੇ ਟਰੈਕ ਤੋਂ ਹਟ ਕੇ ਧਰਨੇ ਪ੍ਰਦਰਸ਼ਨ ਬੜੇ ਲੰਬੇ ਚੱਲਦੇ ਆ ਬੜੇ 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 ਐਜੀਟੇਸ਼ਨਲ ਚੱਲਦੀਆਂ ਔਰ ਉਹ ਜਿਸ ਤਰ੍ਹਾਂ ਚੱਲਦੀਆਂ ਰਹੀਆਂ ਬਾਕੀ ਵੀ ਚੱਲਦੀਆਂ ਰਹੀਆਂ ਉਸ ਤਰੀਕੇ ਨੂੰ ਤੁਹਾਡਾ ਅਧਿਕਾਰ ਔਰ ਉਹਨੂੰ ਕਰੋ ਔਰ ਜਿੱਥੇ ਤਰੂਟੀਆਂ ਤੁਸੀਂ ਕਿਸਾਨ ਸੈਂਟਰ ਨਾਲ ਮੀਟਿੰਗਾਂ ਕਰ ਹੀ ਰਹੇ ਹੋ ਔਰ ਮੀਟਿੰਗ ਜਿੱਥੇ ਹੋ ਰਹੀ ਹੈ ਉਹਦੇ ਚ ਆਪਣੀ ਗੱਲ ਸਮਝਾਓ ਔਰ ਹੋ ਸਕਦਾ ਜੇ ਤੁਹਾਡੀ ਗੱਲ ਸਹੀ ਹੋਵੇ ਤੇ ਕਿਸਾਨ ਕਿਉਂ ਨਾ ਮੰਨੇਗਾ ਔਰ ਇਹ ਮੈਂ ਤਾਂ ਫੇਰ ਉਹੀ ਕਾਂਗਾ ਅਗਰ ਸਾਨੂੰ ਵੀ ਇਹ ਸਮਝਾ ਦੇਣ ਤੇ ਅਸੀਂ ਕਿਸਾਨਾਂ ਨਾਲ ਖੜੇ ਹੋਵਾਂਗੇ ਨਾ ਜੇ ਮੈਂ ਪਾਣੀਆਂ ਤੇ ਮੈਂ ਪਹਿਲਾਂ ਕਿਹਾ ਕਿ ਜੇ ਮੈਂ ਪਾਣੀਆਂ ਦੇ ਮੁੱਦੇ ਤੇ ਉੱਤੇ ਪੰਜਾਬ ਦੇ ਕਿਸਾਨ ਨਾਲ ਖੜਾ ਆ ਤਾਂ ਫੇਰ ਜੇ ਕੋਈ ਇਦਾਂ ਦੀ ਕੋਈ ਗੱਲ ਹੋਏਗੀ ਤਫੇ ਅਸੀਂ ਉੱਥੇ ਵੀ ਖੜੇ ਹੋਵਾਂਗੇ ਪਰ ਸਾਨੂੰ ਹੱਲੇ ਤੱਕ ਜੋ ਸਮਝ ਆਈ ਅਸੀਂ ਇਹਨਾਂ ਨੂੰ ਪੜਿਆ ਲਿਖ ਜੋ ਵੀ ਇਹਨਾਂ ਨੂੰ ਸਮਝਿਆ ਉਹਦੇ 'ਚ ਇਹ ਹੀ ਹੈ ਕਿ ਕਿਸਾਨਾਂ ਦੇ ਹਿੱਤ 'ਚ ਪੰਜਾਬ ਦੇ ਹਿੱਤ 'ਚ ਹੈ ਜਿਹੜਾ ਇਹ ਸਵਾਲ ਹੈਗੇ ਹੋਲਡਿੰਗ ਵਾਲਾ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਉਹਦੇ ਵਿੱਚ ਮਤਲਬ ਅਨਲਿਮਿਟਿਡ ਕਰ ਦਿੱਤਾ ਗਿਆ ਵੀ ਜੋ ਮਰਜੀ ਜਿੰਨਾ ਮਰਜੀ ਉਹ ਭੰਡਾਰ ਕਰ ਲੈਣ ਤੇ ਇਹਦੇ ਨਾਲ ਜਦੋਂ ਕੇ ਚੀਜ਼ ਦੀ ਥੋੜੀ ਹੋਊਗੀ ਉਦੋਂ ਪ੍ਰੋਬਲਮ ਨਹੀਂ ਆਉਣਗੇ ਐਸਾ ਨਹੀਂ ਹੋਏਗਾ ਕਿਉਂਕਿ ਇਹਨੂੰ ਫਿਰ ਜਿਹੜਾ ਇਹ ਵੀ ਅਧੂਰਾ ਸਵਾਲ ਹੈ ਅਧੂਰਾ ਅਨ ਮੈਂ ਇਹ ਕਹਾਂਗਾ ਕਿ ਇਹ ਜਿਹੜੇ ਸਵਾਲ ਜਿਹੜੇ ਕਰਨ ਵਾਲੇ ਲੋਕ ਆ ਉਹਨਾਂ ਦੇ ਵਿੱਚ ਵੀ ਮੈਂ ਕਹਿ ਦਿਆਂਗਾ ਕਿ ਉਹਨਾਂ ਨੇ ਇਹ ਸੈਕਟਰ ਨੂੰ ਪੜ੍ਹਿਆ ਹੀ ਨਹੀਂ ਜਦੋਂ ਕਿਸੇ ਵੀ ਚੀਜ਼ ਦੀ ਇੰਤਹਾ ਮੰਨ ਲਓ ਇਹ ਦੁੱਗਣੀ ਰੇਟ ਤੋਂ ਮੰਨ ਲਓ 10 ਰੁਪਏ ਦੀ ਚੀਜ਼ 20 ਰੁਪਏ ਦੀ ਹੋ ਜਾਏਗੀ ਤੇ ਇਹ ਆਟੋਮੈਟਿਕ 에ਸੈਂਸ਼ੀਅਲ ਕਮੋਡਿਟੀ ਦੇ ਵਿੱਚ ਆ ਜਾਗੇ ਫਿਰ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸ ਦਿਆਂਗਾ ਜਿਹੜੇ ਮਾਸਕ ਜਿਹੜਾ ਅਸੀਂ ਤੁਸੀਂ ਦੇਖਿਆ ਕਿ ਜਿਹੜਾ 2 ਰੁਪਏ ਦਾ ਅੱਜ ਮਿਲਦਾ ਆ ਉੱਚਾ ਦਾ 14 14 ਰੁਪਏ ਨਹੀਂ 20 20 ਰੁਪਏ 25 25 ਰੁਪਏ ਦਾ ਵਿਗ ਗਿਆ ਪਰ ਉਸ ਨੂੰ ਐਸੈਂਸ਼ੀਅਲ ਅਕਮੋਡੀਟੀ ਦੇ ਵਿੱਚ ਲਿਆਂ ਲਿਆਂਦਾ ਤੇ ਉਹ ਦੁਆਰਾ ਫਿਰ ਉਹੀ ਮਾਸਕ ਜਿਹੜਾ ਸੀਗਾ ਤੁਹਾਡੇ ਕੋਲ 1.5 2 ਰੁਪਏ ਦੇ ਵਿੱਚ ਆ ਗਿਆ ਉਹਦਾ ਕਾਰਨ ਹੈ ਕਿ ਜਦੋਂ ਵੀ ਕਿਸੇ ਵੀ ਚੀਜ਼ ਨੂੰ ਸਰਕਾਰ ਕੋਲ ਅਧਿਕਾਰ ਹੈ ਕਿ ਜਦੋਂ ਵੀ ਕਿਸੇ ਚੀਜ਼ ਦੇ ਵਿੱਚ ਉਹ ਪ੍ਰਾਈਸ ਜਿਹੜੀ ਆ ਫਲਕਚੂਏਟ ਹੋਏਗੀ ਔਰ 100% ਤੋਂ ਵੱਧ ਜਾਏਗੀ ਇਹ ਆਟੋਮੈਟਿਕ ਉਹਦੇ ਲਈ ਕੋਈ ਦੂਸਰਾ ਰੈਗੂਲੇਸ਼ਨ ਪਾਉਣ ਦੀ ਲੋੜ ਨਹੀਂ ਇਹਨੂੰ ਦੁਬਾਰਾ ਲਿਆਉਣ ਦੀ ਲੋੜ ਨਹੀਂ ਉਹ ਆਟੋਮੈਟਿਕ ਹੀ 에ਸੈਂਸ਼ੀਅਲ ਅਕਮੋਡਿਟੀ ਦੇ ਵਿੱਚ ਆ ਜਾਏਗਾ ਇਹ ਉਹਦੇ ਵਿੱਚ ਲਿਖਿਆ ਆ ਇਹ ਜਿਹੜਾ ਟੋਟਲ ਅੰਦੋਲਨ ਚੱਲ ਰਿਹਾ ਹੈ ਇਸ ਕੇਂਦਰ ਸਰਕਾਰ ਇਸ ਮਾਮਲੇ ਨੂੰ ਕਿਵੇਂ ਰਿਜ਼ੋਲਵ ਕਰੇਗੀ ਤੁਹਾਨੂੰ ਕੀ ਲੱਗਦਾ ਇਹ ਹੱਲ ਹੋਏਗਾ ਨਹੀਂ ਹੋਏਗਾ ਦੇਖੋ ਇਹ ਤਾਂ ਹੱਲ ਤਾਂ ਹਰ ਚੀਜ਼ ਦਾ ਹੁੰਦਾ ਹੈ ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਇਹਨੂੰ ਟੇਬਲ ਤੇ ਬੈਠ ਕੇ ਇਨਝੱਠਿਆ ਜਾਏਗਾ ਹੁਣ ਵੀ ਅਸੀਂ ਕਹਿੰਦੇ ਹਾਂ ਟੇਬਲ ਤੇ ਨਹੀਂ ਜਿੱਠਿਆ ਜਾਏਗਾ ਤੁਸੀਂ ਦੇਖਿਆ ਪਿਛਲੇ ਹਫਤੇ ਬੈਠ ਕੇ ਟੇਬਲ ਤੇ ਹੀ ਬੈਠਕ ਹੋਈ ਆ ਔਰ ਟੇਬਲ ਦੀ ਮੀਟਿੰਗ ਜੇ ਉਹ ਗੱਲ ਮੀਟਿੰਗ ਜਿਹੜੀ ਆ ਪਹਿਲਾਂ ਵੀ ਕੀਤੀ ਜਾ ਸਕਦੀ ਸੀ ਔਰ ਉਹਦੇ ਚ ਜਿਹੜਾ ਇਹਹੀ ਪ੍ਰਯਾਸ ਕੀਤੇ ਜਾ ਸਕਦਾ ਮੈਂ ਤੁਹਾਨੂੰ ਦੱਸਦਾ ਕੀ ਹੈ ਕਿ ਪ੍ਰਯਾਸ ਕੀਤੇ ਜਾ ਸਕਦੇ ਸੀ ਔਰ ਉਸ ਪ੍ਰਯਾਸ ਦੇ ਮਾਧਮ ਦੇ ਨਾਲ ਜਿਹੜਾ ਕੋਈ ਹੱਲ ਕੱਢਿਆ ਜਾ ਸਕਦਾ ਔਰ ਕੱਲ ਨੂੰ ਅੱਜ ਕਿਸਾਨ ਵੀਰੀ ਕਹਿ ਰਹੇ ਕਿ ਸਾਨੂੰ ਲੱਗਦਾ ਕਿ ਅਸੀਂ ਹੱਲ ਵੱਲ ਨੂੰ ਤੁਰੇ ਹਾਂ ਔਰ ਉਹਨਾਂ ਨੇ ਕਿਹਾ ਹੈ ਕਿ ਸੁਖਾਵੇਂ ਮਾਹੌਲ ਜਿਹੜੀ ਗੱਲਬਾਤ ਹੋਈ ਆ ਤੇ ਇਹਦਾ ਮਤਲਬ ਹੈ ਹੱਲ ਜਿਹੜਾ ਉਹ ਟੇਬਲ ਤੇ ਨਿਕਲਦਾ ਨਹੀਂ ਨਹੀਂ ਪਹਿਲੀ ਮੀਟਿੰਗ ਦਾ ਇਹ ਹੋਇਆ ਵੀ ਡੈਡੀ ਗੱਲਬਾਤ ਹੈ ਜਿਹੜੀ ਲੀਡਰਾਂ ਨਾਲ ਕਰਵਾਈ ਜਾਏਗੀ ਮੰਤਰੀਆਂ ਨਾਲ ਕਰਵਾਈ ਜਾਏਗੀ ਉਹ ਨਹੀਂ ਹੋਦੇ ਤੇ ਐਸਾ ਕਿਤੇ ਬੜੀ ਸਕੱਤਰ ਨੇ ਕੀਤੀ ਐਸਾ ਕਿਤੇ ਨਹੀਂ ਸੀ ਕਿ ਜਿਹੜੇ ਉਸ ਸਕੱਤਰ ਨੇ ਹੀ ਮੀਟਿੰਗ ਰੱਖੀ ਸੀ ਜਿਹੜੀਆਂ ਚਿੱਠੀਆਂ ਵੀ ਆਈਆਂ ਸੀ ਉਹ ਸੈਕਟਰੀ ਦੀਆਂ ਹੀ ਆਈਆਂ ਸੀ ਪਰ ਹੁਣ ਵੀ ਮੈਂ ਦੱਸਦਾ ਕਿ ਉਹਨਾਂ ਦੇ ਵੱਲੋਂ ਇਹ ਸਰਕਾਰ ਵੱਲੋਂ ਇਹ ਸੀ ਕਿ ਸਾਨੂੰ ਪਹਿਲਾਂ ਸਮਝਾ ਦਿਓ ਕਿਉਂਕਿ ਸੈਕਟਰੀਆਂ ਨੂੰ ਹੀ ਸਮਝਾ ਕੇ ਅੱਗੇ ਸਰਕਾਰ ਦੇ ਵਿੱਚ ਪੁਟ ਅਪ ਕਰਨਾ ਉਹਨਾਂ ਦੇ ਕੋਲ ਹੀ ਕੰਮ ਹੁੰਦਾ ਔਰ ਉਹਨਾਂ ਨੇ ਸੈਕਟਰੀਆਂ ਨੇ ਹੀ ਕਿਹਾ ਸੀ ਕਿ ਸੰ ਮੀਟਿੰਗ ਦਾ ਸੱਦਾ ਵੀ ਸੈਕਟਰੀਆਂ ਵੱਲੋਂ ਹੀ ਆਇਆ ਸੀ ਹਾਂ ਅਲਵੱਤਾ ਇੱਥੇ ਫਿਰ ਮੈਂ ਹਾਂ ਕਹਾਂਗਾ ਕਿ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜਾ ਆ ਜਿਹੜਾ ਉਹਨੂੰ ਸਮਝਣ ਦੀ ਗੱਲ ਨਹੀਂ ਕਰਨ ਦਿੱਤੀ ਔਰ ਉਹਨਾਂ ਨੂੰ ਉਸਾਉਣ ਦਾ ਕੰਮ ਜ਼ਰੂਰ ਕੀਤਾ ਔਰ ਜਿਹਦੇ ਕਰਕੇ ਨਤੀਜੇ ਜਿਹੜੇ ਆਏ ਆ ਔਰ ਫਿਰ ਵੀ ਜਦੋਂ ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਅਸੀਂ ਇੰਟਰਵੈਨ ਕਰਦੇ ਹਾਂ ਅੱਜ ਪੰਜਾਬ ਦੇ ਲੀਡਰਾਂ ਦੇ ਵਿੱਚ ਇੰਟਰਵੈਨ ਕਰਕੇ ਬਾਰ-ਬਾਰ ਕਹਿ ਕੇ ਚਾਹੇ ਉਹ ਜਿਆਣੀ ਜੀ ਵੀ ਗਏ ਉੱਥੇ ਉਹਨਾਂ ਨੂੰ ਲੈ ਕੇ ਗਰੇਵਾਲ ਸਾਹਿਬ ਵੀ ਗਏ ਹੋਰ ਬਾਕੀ ਭਾਜਪਾ ਦੀ ਲੀਡਰਸ਼ਿਪ ਗਈ ਔਰ ਉਹਨਾਂ ਨੇ ਜਾ ਕੇ ਉਹਨਾਂ ਨੂੰ ਗੱਲ ਦੱਸੀ ਔਰ ਉਹਨਾਂ ਬਕਾਇਦਾ ਮੰਤਰੀਆਂ ਨੇ ਉਸ ਗੱਲ ਨੂੰ ਮੰਨਿਆ ਔਰ ਇਸ ਕਰਕੇ ਮੰਤਰੀਆਂ ਦੀ ਮੀਟਿੰਗ ਹੋਈ ਅਗਰ ਜੇ ਦੇਖਿਆ ਜਾਵੇ ਤਾਂ ਉਹ ਮੀਟਿੰਗ ਜਿਹੜੀ ਆ ਉਹ ਪਹਿਲੀਆਂ ਮੀਟਿੰਗਾਂ ਜਦੋਂ ਵੀ ਕਿਤੇ ਬੈਠਦੇ ਆ ਕੋਈ ਸਮਝੌਤਾ ਵੀ ਹੁੰਦਾ ਤੇ ਉਹ ਮੰਤਰੀ ਸਾਈਨ ਨਹੀਂ ਕਰਦਾ ਉਹ ਹਮੇਸ਼ਾ ਸੈਕ੍ਰੇਟਰੀ ਦੇ ਹੀ ਸਾਈਨ ਹੁੰਦੇ ਚਾਹੇ ਵੱਡੇ ਤੋਂ ਵੱਡੇ ਇੰਟਰਨੈਸ਼ਨਲ ਸਮਝੌਤੇ ਵੀ ਹੋਣ ਤਾਂ ਵੀ ਸੈਕ੍ਰੇਟਰੀ ਦੇ ਹੀ ਸਾਈਨ ਹੁੰਦੇ ਆ ਇਸ ਕਰਕੇ ਉਹਨਾਂ ਨੇ ਆਪਣੀ ਮੀਟਿੰਗ ਬੁਲਾਈ ਸੀ ਕੀ ਕੋਸਾ ਅਕਸਰ ਇਸ ਵਾਰ ਮਤਲਬ ਕੇਂਦਰ ਸਰਕਾਰ ਜਿਹੜੇ ਤਿੰਨੇ ਜਿਹੜੇ ਕਾਨੂੰਨ ਨੇ ਖੇਤੀ ਕਾਨੂੰਨ ਉਹਨਾਂ ਦੇ ਵਿੱਚ ਕੋਈ ਸੋਧ ਕਰੇਗੀ ਜਾਂ ਨਵਾਂ ਆਰਡੀਨੈਂਸ ਕਰੇਗੀ ਜੇ ਸਾਡਾ ਸਮਝਾ ਜਦੋਂ ਗੱਲ ਬੈਠਕਾਂ ਦੀ ਚੱਲ ਰਹੀ ਹੋਵੇ ਉਸ ਵੇਲੇ ਮੇਰਾ ਜਾਂ ਤੁਹਾਡਾ ਇਹ ਕਹਿਣਾ ਕਿ ਇਹ ਸੋਧ ਹੋਏਗੀ ਜਾਂ ਨਹੀਂ ਹੋਏਗੀ ਗੱਲ ਨਹੀਂ ਬੰਦੀ ਕਿਉਂਕਿ ਉਹ ਬੈਠਕਾਂ ਦੇ ਇਸ ਕਰਕੇ ਹੋਈਆਂ ਕਿ ਜੇ ਉਸ ਕਿਸਾਨ ਆਪਣੀ ਕੋਈ ਤਰੂਟੀ ਬਿੱਲ ਦੇ ਵਿੱਚ ਸਮਝਾ ਦੇਣਗੇ ਤਾਂ ਬਿਲ ਕਰ ਦੇਣਗੇ ਜੇ ਉਹਦੇ ਚ ਟਰੂਟੀ ਨਹੀਂ ਹੋਣਗੀ ਤੇ ਕੇਂਦਰ ਸਮਝਾ ਕੇ ਉਹਨਾਂ ਨੂੰ ਭੇਜ ਦੇਗੀ ਮਤਲਬ ਅੱਜ ਦੀ ਡੇਟ 'ਚ ਮੈਂ ਕਹਾ ਕਿ ਚ ਬਦਲੀ ਹੋਏਗਾ ਨਹੀਂ ਹੋਏਗਾ ਮੇਰਾ ਮੈਂ ਕੌਣ ਇਸ ਕਰਕੇ ਸਰਕਾਰਾਂ ਦੀ ਜਦੋਂ ਬੈਠਕ ਕਿਸਾਨਾਂ ਦੀ ਔਰ ਸਰਕਾਰ ਦੀ ਚੱਲ ਰਹੀ ਹੈ ਔਰ ਉਹ ਬੈਠ ਕੇ ਕੋਈ ਅੱਛਾ ਉਹਦੇ ਚ ਰਿਜ਼ਲਟ ਕੱਢਣਗੇ ਐਸੀ ਸਾਨੂੰ ਆਸ ਰੱਖਣੀ ਚਾਹੀਦੀ ਇੱਕ ਜਿਹੜਾ ਉਹ ਇੱਕ ਹੋਰ ਕਾਨੂੰਨ ਆ ਜਿਹੜਾ ਕੰਟਰੈਕਟ ਫਾਰਮਿੰਗ ਦਾ ਉਹਦੇ ਵਿੱਚ ਐ ਐਸ ਡੀ ਐਮ ਤੇ ਡੀ ਸੀ ਤੱਕ ਸੀਮਿਤ ਕਰ ਦਿੱਤਾ ਗਿਆ ਉਹਨੂੰ ਅਦਾਲਤ ਚ ਕਿਉਂ ਨਹੀਂ ਜਾਣ ਦਾ ਹੱਕ ਇਹ ਕਿਉਂ ਇਹ ਵੀ ਕਹਿਣਾ ਗਲਤ ਆ ਕਿ ਅਦਾਲਤ ਦੇ ਵਿੱਚ ਜਾਣ ਦਾ ਹੱਕ ਨਹੀਂ ਹੈ ਇਹ ਵੀ ਗਲਤ ਝੂਠਾ ਪ੍ਰਚਾਰ ਹੋ ਰਿਹਾ ਹਿੰਦੁਸਤਾਨ ਦੇ ਆਯਾਜ਼ ਹਿੰਦੁਸਤਾਨ ਦੇ ਵਿੱਚ ਇੱਕ ਨੌਕਰੀ ਪੇਸ਼ੇਵਾਲਾ ਵਿਅਕਤੀ ਆਪਣੇ ਸੀਨੀਅਰ ਅਫਸਰ ਦੇ ਖਿਲਾਫ ਜਾ ਕੇ ਹਾਈ ਕੋਰਟ ਚ ਰੇਟਾਂ ਕਰਕੇ ਬੈਠਾ ਜਾ ਕੇ ਹਾਈ ਕੋਰਟ ਚ ਦੇਖੋ ਕਿੰਨੇ ਸਰਕਾਰੀ ਮੁਲਾਜ਼ਮਾਂ ਦੀਆਂ ਆਪਣੇ ਅਫੀਸਰਾਂ ਦੇ ਖਿਲਾਫ ਲੱਗੀਆਂ ਸਰਕਾਰ ਦੇ ਖਿਲਾਫ ਰੇਟਾਂ ਲੱਗੀਆਂ ਹਨ ਅਗਰ ਉਹ ਕਰ ਸਕਦੇ ਜਿਨ੍ਹਾਂ ਕੋ ਨੌਕਰੀ ਕਰ ਸਕਦੇ ਇਹ ਤਾਂ ਯਾਦ ਕਿਸਾਨ ਨੇ ਇਹ ਸਿਰਫ ਜਿਹੜਾ ਕਾਨੂੰਨ ਬਣਾਇਆ ਸੀ ਉਹ ਇਸ ਕਰਕੇ ਜਿਸ ਗੱਲ ਦੀ ਤੁਸੀਂ ਗੱਲ ਕਰਦੇ 86% ਕਿਸਾਨ ਦੀ ਗੱਲ ਕਰਦੇ ਹੋ 2 ਏਕੜ ਵਾਲਾ 5 ਏਕੜ 2 ਏਕੜ ਜਾਂ ਛੋਟਾ ਕਿਸਾਨ ਜਿਹੜਾ ਹੈ ਉਹ ਅਫੋਰਡ ਵਕੀਲ ਦੀ ਫੀਸ ਨਹੀਂ ਕਰ ਸਕਦਾ ਉਹਨੂੰ ਕਾਨੂੰਨ ਜਿਹੜਾ ਆ ਉਹ ਅਦਾਲਤਾਂ 'ਚ ਨਹੀਂ ਜਾ ਸਕਦਾ ਇਸ ਕਰਕੇ ਉਹਨਾਂ ਦਾ ਫੈਸਲਾ ਥੱਲੇ ਇੱਕ ਪੰਚਾਇਤੀ ਲੈਵਲ ਤੇ ਹੋ ਜਾਏ ਔਰ ਉਹ ਐਕਟ ਦੇ ਮੁਤਾਬਕ ਹੀ ਕਰ ਸਕਦਾ ਇਹ ਨਹੀਂ ਕਿ ਕਿ ਐਸ ਡੀ ਐਮ ਚਲ ਜਾਏਗਾ ਆਪਣੀ ਮਰਜ਼ੀ ਨਾਲ ਕਰ ਦੇਗਾ ਉਸ ਐਕਟ ਦੀਆਂ ਧਾਰਾਂ ਤੋਂ ਇੱਧਰ ਉੱਧਰ ਨਹੀਂ ਕਰ ਸਕਦਾ ਫੈਸਲਾ ਦੂਸਰਾ ਐਸ ਡੀ ਐਮ ਕੀ ਕਰੇਗਾ ਦੋ ਵਿਅਕਤੀ ਕਿਸਾਨ ਪੱਖ ਦੇ ਔਰ ਦੋ ਵਿਅਕਤੀ ਇਹ ਉਦੋਂ ਜਦੋਂ ਡਿਸਪਿਊਟ ਪੈ ਜਾ ਆਦਰਵਾਇਜ਼ ਨਹੀਂ ਦੋ ਵਿਅਕਤੀ ਕਿਸਾਨ ਦੇ ਔਰ ਦੋ ਵਿਅਕਤੀ ਜਿਹੜੇ ਆ ਉਹ ਠੇਕੇਦਾਰ ਜਾਂ ਕੰਟਰੈਕਟਰ ਦੇ ਲੈ ਕੇ ਔਰ ਇੱਕ ਵਿਅਕਤੀ ਉਹਨਾਂ ਦਾ ਆਪਣਾ ਹੋ ਕੇ ਜਿਹੜੀ ਇੱਕ ਪੰਚਾਇਤੀ ਤੌਰ ਤੇ ਇੱਕ ਸਾਲਸ ਜਿਹਨੂੰ ਕਹਿੰਦੇ ਆਪਾਂ ਪੰਜਾਬੀ ਚ ਕਿ ਉਹਨਾਂ ਦੇ ਸਮਰਥਕ ਉਹਦੇ ਸਮਰਥਕ ਜਿਹਨੂੰ 2 ਸਾਲ ਸੋਧਰ 2 ਸਾਲ ਸ ਲੈ ਕੇ ਉਹਨਾਂ ਦਾ ਪੰਚਾਇਤੀ ਤੌਰ ਤੇ ਫੈਸਲਾ ਕਰਾਏਗਾ ਅਗਰ ਉਹ ਨਹੀਂ ਨਿਬੜਦਾ ਜਾਂ ਨਿਬੜਦਾ ਮਤਲਬ ਠੇਕੇਦਾਰ ਨੂੰ ਪੁੱਗਦਾ ਨਹੀਂ ਪੁੱਗਦਾ ਉਹਦੀ ਅਹਿਮੀਅਤ ਨਹੀਂ ਹੈ ਕਿਸਾਨ ਕਹਿੰਦਾ ਮੈਨੂੰ ਨਹੀਂ ਪੁੱਗਦਾ ਫਿਰ ਉਹ ਡੀਸੀ ਕੋ ਜਾਏਗਾ ਡੀਸੀ ਨੂੰ ਵੀ ਫੈਸਲਾ ਇਹ ਨਹੀਂ ਹੈ ਕਿ ਵੀ ਕਿਸਾਨ ਨੂੰ ਉਹਨਾਂ ਸ਼ਰਤਾਂ ਦੇ ਉਸ ਐਕਟ ਦੀਆਂ ਸ਼ਰਤਾਂ ਦੇ ਉੱਤੇ ਜਿਹੜੇ ਮੈਂ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਕਿਸਾਨ ਦੀ ਜ਼ਮੀਨ ਨਹੀਂ ਲਈ ਜਾ ਸਕਦੀ ਕਿਸੇ ਵੀ ਤਰੀਕੇ ਨਾਲ ਕਿਸਾਨ ਦੀ ਫਸਲ ਦਾ ਰੇਟ ਨਹੀਂ ਘਟਾਇਆ ਜਾ ਸਕਦਾ ਜੋ ਉਹਦੇ ਠੇਕੇ 'ਚ ਲਿਖਿਆ ਹੋਏਗਾ ਕਿ ਉਹਦੋਂ ਵਧ ਹੋਏਗਾ ਤਾਂ ਦੇਣਾ ਪੈਗਾ ਇਹ ਸਾਰੀਆਂ ਸ਼ਰਤਾਂ ਪਰ ਜੇ ਫਿਰ ਵੀ ਕਿਸਾਨ ਕੋਲ ਉਹ ਕਹੇ ਕਿਸਾਨ ਕਹਿੰਦਾ ਕਿ ਮੇਰਾ ਫਾਇਦਾ ਉਹਦੇ 'ਚ ਠੇਕੇਦਾਰ ਨੂੰ ਜਾਣ ਦਾ ਹੱਕ ਨਹੀਂ ਹੈ ਉਹਦੇ ਵਿੱਚ ਠੇਕੇਦਾਰ ਉਸ ਨੂੰ ਜਾ ਕੇ ਕੋਰਟ ਚ ਚੈਲੰਜ ਨਹੀਂ ਕਰ ਸਕਦਾ ਪਰ ਕਿਸਾਨ ਚਾਹੇ ਤਾਂ ਉਹਨੂੰ ਕੋਰਟ ਚ ਵੀ ਚੈਲੰਜ ਕਰ ਸਕਦਾ ਇੱਕ ਕਿਸਾਨ ਦੇ ਬਾਕਾਇਦਾ ਤੁਸੀਂ ਇਹਦਾ ਮਤਲਬ ਤੁਸੀਂ ਨਹੀਂ ਪੜਿਆ ਮੈਂ ਇਹੀ ਕਹਿ ਰਿਹਾ ਨਹੀਂ ਨਹੀਂ ਇਹ ਉਹਦੇ ਵਿੱਚ ਇਹ ਇਸੇ ਗੱਲ ਨੂੰ ਤਾਂ ਲੈ ਕੇ ਜਿਆਦਾ ਰੌਲਾ ਨਾ ਮੈਂ ਕਹਿਣਾ ਕਿ ਜਿਹੜਾ ਕਹਿ ਰਿਹਾ ਮੈਂ ਕਹਿ ਰਿਹਾ ਨਾ ਮੈਂ ਪੜਿਆ ਹੈ ਨਾ ਤਾਂ ਕਰਕੇ ਮੈਂ ਕਹਿ ਰਿਹਾ ਕਿ ਕਿਸਾਨ ਦੇ ਵਿੱਚ ਇਹ ਵੀ ਹੈ ਕਿ ਅੱਜ ਜਦੋਂ ਕਿਸਾਨ ਕੰਟਰੈਕਟ ਕਰੇਗਾ ਉਹ ਤੈਅ ਕਰੇਗਾ ਕਿ ਮੇਰੀ ਜ਼ਮੀਨ ਜਿਹੜੀ ਆ ਐਨੀ ਜ਼ਮੀਨ ਤੈਨੂੰ ਇਸ ਠੇਕੇ ਦੀ ਵਾਹਿ ਲਈ ਅਸੀਂ ਆ ਫਲਾਨੀ ਫਸਲ ਵੇਚਾਂਗੇ ਔਰ ਫਸਲ ਤਿਆਰ ਹੋਣ ਤੋਂ ਬਾਅਦ ਇਹ ਇਸ ਭਾਅ ਤੇ ਤੈਨੂੰ ਚੱਕੜੀ ਪੈਗੀ ਜੋ ਭਾਅ ਤੈਅ ਹੋਏਗਾ ਭਾਅ ਟਮਾਟਰ ਅਗਰ ਮੈਂ 10 ਰੁਪਏ ਦਿੱਤੇ ਤੇ 10 ਰੁਪਏ ਹੀ ਚੱਕਣੇ ਪੈਣਗੇ ਜੇ ਮਾਰਕੀਟ ਰੇਟ ਉਸ ਵੇਲੇ 12 ਰੁਪਏ ਹੋ ਜਾਂਦਾ ਤੇ ਕੰਟਰੈਕਟਰ ਨੂੰ 12 ਰੁਪਏ ਦੇਣੇ ਪੈਣਗੇ ਜੇ 9 ਰੁਪਏ ਹੋ ਜਾਂਦਾ ਤਾਂ ਉਹਨੂੰ 10 ਰੁਪਏ ਜੋ ਠੇਕੇ 'ਚ ਲਿਖਿਆ ਉਹ ਦੇਣੇ ਪੈਣਗੇ 9 ਰੁਪਏ ਨਹੀਂ ਲੂਗਾ ਇਹ ਦੱਸੋ ਕਿਸਾਨ ਦੇ ਹੱਕ 'ਚ ਆ ਕਿ ਨੁਕਸਾਨ 'ਚ ਆ ਇਹ ਕਿਸਾਨ ਦਾ ਫਾਇਦਾ ਆ ਜਿਹੜੀ ਤੁਸੀਂ ਉਹ ਐਸ ਡੀ ਐਮ ਵਾਲੀ ਗੱਲ ਹੀ ਉਹ ਮੇਰਾ ਖਿਆਲ ਬਿਲਕੁਲ ਕਲੀਅਰ ਸ਼ਬਦਾਂ 'ਚ ਉਹਦੇ 'ਚ ਲਿਖਿਆ ਸੰਭਲਾ ਸਾਹਿਬ ਅਕਸਰ ਅਸੀਂ ਇੱਥੇ ਮਾਮਲੇ ਉੜਦੇ ਵੀ ਬਿਊਰੋਕਰੇਸੀ ਨਹੀਂ ਛੋੜਦੀ ਐਸ ਡੀ ਐਮ ਤੇ ਡੀ ਸੀ ਦੋਨੋਂ ਬਿਊਰੋਕਰੇਸੀ ਦੇ ਐਮ ਪਾੜਨੇ ਤੇ ਜੇ ਉਹ ਕਿੰਨੀ ਕਿਸਾਨ ਦੀ ਸੁਣਨਗੇ ਗੱਲ ਮੈਂ ਪਹਿਲਾਂ ਤੁਸੀਂ ਗੱਲ ਪੂਰੀ ਸੁਣੀ ਨਹੀਂ ਮੈਂ ਸੁਣੀ ਬਿਲਕੁਲ ਔਰ ਡੀਸੀ ਨੂੰ ਐਕਟ ਦੀਆਂ ਸ਼ਰਤਾਂ ਮੁਤਾਬਕ ਜਿਹੜਾ ਕਿਸਾਨ ਦੀ ਹਿੱਤ ਚ ਲਿਖਿਆ ਆ ਉਹ ਇੱਕ ਦੇ ਮੁਤਾਬਕ ਜੇ ਕਿਸਾਨ ਉਹਨੇ ਕਿਤੇ ਕੰਟਰੈਕਟ ਚ ਲਿਖ ਵੀ ਦਿੱਤਾ ਕਿ ਇਹਦੀ ਜ਼ਮੀਨ ਮੈਂ ਨਹੀਂ ਤਾਂ ਖਰੀਦ ਲਵਾਗਾ ਜਾਂ ਮੈਨੂੰ ਜ਼ਮੀਨ ਦੇਣੀ ਪੈਗੀ ਉਹ ਕੰਟਰੈਕਟ ਹੀ ਜਿਹੜੀ ਗੈਰ ਮਾਨਤਾ ਪ੍ਰਾਪਤ ਹੋ ਜਾਏਗਾ ਉਹ ਮੰਨਣੀਏ ਨਹੀਂ ਹੋਏਗਾ ਇਹ ਉਹਦੇ ਚ ਲਿਖਿਆ ਆ ਔਰ ਜਿਸ ਤੇ ਕਿਸਾਨ ਦੇ ਹਿੱਤ ਦੇ ਵਿੱਚ ਫੈਸਲਾ ਦੇਗਾ ਐਸ.ਡੀ.ਐਮ. ਔਰ ਇਹ ਅਧਿਕਾਰ ਕੋਰਟ 'ਚ ਜਾਣ ਦਾ ਹੈ ਜਿਹੜਾ ਤੁਸੀਂ ਕਹਿ ਰਹੇ ਕਿ ਨਹੀਂ ਹੈਗਾ ਉਹ ਠੇਕੇਦਾਰ ਨੂੰ ਨਹੀਂ ਹੈ ਉਹ ਕਿਸਾਨ ਨੂੰ ਠੇਕੇ ਦਾ ਪੂਰਾ ਅਧਿਕਾਰ ਹੈ ਔਰ ਜੇ ਕਿਸਾਨ ਐਸ.ਡੀ.ਐਮ ਦੇ ਫੈਸਲੇ ਤੋਂ ਖੁਸ਼ ਨਹੀਂ ਹੈ ਤਾਂ ਡੀ.ਸੀ ਕੋ ਜਾਏਗਾ ਨਹੀਂ ਤਾਂ ਜਿਹੜਾ ਸਾਲਸੀ ਫੈਸਲਾ ਹੋਏਗਾ ਉਹੀ ਉਹਨੂੰ ਮੰਨਣਾ ਪਏਗਾ ਇਟ ਕੰਟਰੈਕਟ ਫਾਰਮਿੰਗ ਦੀਆਂ ਸ਼ਰਤਾਂ 'ਚ ਤੋ ਸਾਲ ਸੀਦਾ ਵੀ ਮਾਮਲਾ ਹੈਗਾ ਨਾ ਵੀ ਸਾਲ ਸਤਾਹ ਕੌਣ ਕਰੇਗਾ ਸੈਲਸ ਦੋ ਮੈਂ ਤੁਸੀਂ ਫੇਰ ਨਹੀਂ ਸੁਣਿਆ ਦੋ ਦੋ ਕਿਸਾਨ ਤੁਸੀਂ ਮੈਨੂੰ ਕਹਤਾ ਦੋ ਬੰਦੇ ਜਿਹੜੇ ਦੋ ਬੰਦੇ ਤੁਸੀਂ ਪਹਿਲਾਂ ਨਹੀਂ ਸੁਣਿਆ ਦੋ ਬੰਦੇ ਕਿਸਾਨ ਪੱਖ ਦੇ ਹੋਣਗੇ ਜਿਹਨੂੰ ਕਿਸਾਨ ਦੇਗਾ ਦੋ ਬੰਦੇ ਕੰਟਰੈਕਟਰ ਪੱਖ ਦੇ ਹੋਣਗੇ ਔਰ ਉਹ ਬੈਠ ਕੇ ਪੰਚਾਇਤੀ ਤੌਰ ਤੇ ਉਹਨਾਂ ਦਾ ਰਾਜੀਨਾਮਾ ਕਰਾਂਗੇ ਅਗਰ ਉਹਨਾਂ ਦਾ ਰਾਜੀਨਾਮਾ ਨਹੀਂ ਹੁੰਦਾ ਤਾਂ ਫੈਸਲਾ ਸ਼ਰਤਾਂ ਅਨੁਸਾਰ ਠੀਕ ਕਿਸਾਨ ਦੇ ਹਿੱਤ ਚ ਜਾਏਗਾ ਤੇ ਸ਼ਮਲਾ ਸਾਹਿਬ ਕਦੋਂ ਤੱਕ ਲੱਗਦਾ ਤੁਹਾਨੂੰ ਇਹ ਮਾਮਲਾ ਹੱਲ ਹੋ ਜਾਏਗਾ ਕਿਸਾਨੀਆਂ ਦੇ ਦੇਖੋ ਜੀ ਇਹ ਤਾਂ ਹੁਣ ਕਿਸਾਨ ਦੇ ਯੂਨੀਅਨ ਤੇ ਉੱਤੇ ਨਿਰਪਰ ਆ ਜਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਨੂੰ ਉਕਸਾਉਣ ਦਾ ਕੰਮ ਕਰ ਰਹੀਆਂ ਨਹੀਂ ਤਾਂ ਲੈਂਡਰ ਪੰਜਾਬ ਦਾ ਨੁਕਸਾਨ ਕੌਣ ਕਰਾ ਰਿਆ ਇੱਕ ਅੱਲਾ ਮੈਂ ਨਹੀਂ ਕਹਿ ਰਿਹਾ ਪੂਰਾ ਪੰਜਾਬ ਸੂਬਾ ਕਰਾ ਰਿਆ ਜੇ ਪੰਜਾਬ ਦੀ ਸਰਕਾਰ ਚਾਹੇ ਤੇ ਪੰਜਾਬ ਦੇ ਹਿੱਤਾਂ ਦਾ ਖਿਆਲ ਰੱਖਦੇ ਹੋਏ ਰੇਲ ਗੱਡੀਆਂ ਚਲਾਉਣਾ ਕਿਉਂਕਿ ਸੁਰੱਖਿਆ ਦੇਣਾ ਉਹਨਾਂ ਦਾ ਕੰਮ ਹੁੰਦਾ ਔਰ ਉਹ ਨਹੀਂ ਦੇ ਰਹੀ ਤੇ ਇਹਦਾ ਮਤਲਬ ਹੈ ਕਿ ਉਹ ਦੇ ਚਾਲ ਕਰ ਰਹੀ ਆ ਔਰ ਮੈਂ ਤਾਂ ਫਿਰ ਅਪੀਲ ਕਰਾਂਗਾ ਕਿਸਾਨ ਭਰਾਵਾਂ ਨੂੰ ਕਿ ਅਸੀਂ ਪੰਜਾਬ ਦਾ ਜਿਸ ਪੰਜਾਬ ਦੀ ਸਰਕਾਰ ਦੀ ਜ਼ਿੰਮੇਵਾਰੀ ਜਿਨ੍ਹਾਂ ਨੂੰ ਦਿੱਤੀ ਆ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਪਰ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਪੰਜਾਬ ਦੇ ਹਿੱਤਾਂ ਦੇ ਵੀ ਕੰਮ ਕਰਨਾ ਚਾਹੀਦਾ ਇਹ ਅਪੀਲ ਜ਼ਰੂਰ ਮੈਂ ਬੇਨਤੀ ਕਰਾਂ ਪੰਜਾਬ ਦੇ ਮੁੱਖ ਮੰਤਰੀ ਨੇ ਬਕਾਇਦਾ ਕਿਹਾ ਵੀ ਮੈਂ ਸੁਰੱਖਿਆ ਦੇਣ ਲਈ ਤਿਆਰ ਆ ਜੀ ਰੇਲਵੇ ਫੋਰਸ ਰੇਲਵੇ ਪੁਲਿਸ ਆ ਉਹਦੇ ਨਾਲ ਹੋਰ ਵੀ ਲਾਉਣ ਲਈ ਤਿਆਰ ਕਿੱਥੇ ਗਿਆ ਕਈ ਵਾਰ ਕਿਹਾ ਕਈ ਸਟੇਟਮੈਂਟਸ ਸਮੱਸਿਆ ਇਹ ਤਾਂ ਹੈ ਹੀ ਨਹੀਂ ਕਿਤੇ ਵੀ ਪੰਜਾਬ ਦੀ ਸਮੱਸਿਆ ਅਗਰ ਉਹ ਹੈ ਤੇ ਅਸੀਂ ਇੱਥੇ ਸੁਰੱਖਿਸ਼ਿਤ ਹੈ ਔਰ ਇਥੇ ਕਿਸੇ ਲੈਂਡ ਆਰਡਰਡਨ ਦੀ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਰਿਟਰਨ ਉਹਨਾਂ ਨੂੰ ਭੇਜ ਦੇਣਾ ਗੱਲਾਂ ਇਹ ਟੀਵੀ ਦੇ ਵਿੱਚ ਆਉਂਦੀ ਹੈ ਪ੍ਰੈਸ ਨੋਟ ਆ ਰਹੀ ਹੈ ਤੇ ਉਹ ਚਿੱਠੀ ਦੇ ਉੱਤੇ ਬਾਕੀ ਚਿੱਠੀਆਂ ਐਡੀਆਂ ਲਿਖੀਆਂ ਜਾ ਰਹੀਆਂ ਹਨ ਹੋਰ ਚਿੱਠੀਆਂ ਇੰਨੀਆਂ ਲਿਖੀਆਂ ਜਾ ਰਹੀਆਂ ਇਹ ਚਿੱਠੀ ਲਿਖਣ ਚ ਹਰਜ ਕੀ ਆ ਕਿ ਅਸੀਂ ਇਹ ਹੀ ਦੱਸਣਾਂ ਦਾ ਵਿੱਚ ਹੈ ਕਿ ਪੰਜਾਬ ਦਾ ਮਾਹੌਲ ਸੁਖਾਮਾ ਰੇਲ ਗੱਡੀਆਂ ਚਲਾਉਣ ਦੇ ਅਨੁਕੂਲ ਹੈ ਤੇ ਇਹਦੀ ਜ਼ਿੰਮੇਵਾਰੀ ਪੰਜਾਬ ਸੂਬੇ ਦੀ ਸਰਕਾਰ ਦੀ ਹੈ ਅਸੀਂ ਕਹਿੰਨੇ ਆ ਕਿ ਪੂਰਾ ਦਾਵਾ ਕਰਦੇ ਕਿ ਸੁਰੱਖਿਆ ਤੇ ਤੁਸੀਂ ਗੱਡੀਆਂ ਚਲਾਓ ਇੰਨੀ ਗੱਲ ਕਹਿਣ ਚ ਦੋ ਲਾਈਨਾਂ ਲਿਖ ਕੇ ਦੇਣ ਚ ਕੀ ਹਰ ਜੱਬ ਬਾਕੀ ਅੜੜੀਆਂ ਪੰਜ ਪੰਜ ਪੇਜਾਂ ਦੀਆਂ ਚਿੱਠੀਆਂ ਅਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਆਂ ਇਹ ਵੀ ਦੋ ਲਾਈਨਾਂ ਲਿਖ ਦੇਣ ਤੇ ਕੀ ਹਰ ਜਾ ਨਹੀਂ ਬਕਾਇਦਾ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਨੇ ਗੱਲ ਕੀਤੀ ਤੁਹਾਡੇ ਤੁਹਾਡੇ ਕੋਲ ਐਸੀ ਜਿਹੜੀਆਂ ਮੈਂ ਦੋ ਲਾਈਨਾਂ ਕਹੀਆਂ ਕਿ ਪੰਜਾਬ ਦਾ ਮਾਹੌਲ ਅਨੁਕੂਲ ਹੈ ਰੇਲ ਗੱਡੀਆਂ ਚਲਾਉਣ ਦੇ ਵਨਕੂਲ ਹੈ ਪੰਜਾਬ ਸਰਕਾਰ ਜਿਹੜੀ ਹੈ ਇਹ ਜਿਹੜੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦੀ ਹੈ ਕਿਤੇ ਲਿਖੀ ਹੋਈ ਚਿੱਠੀ ਹੈਗੀ ਆ ਤੇ ਮੈਨੂੰ ਦਿਖਾਓ ਤੇ ਮੈਂ ਤੁਹਾਡੇ ਨਾਲ ਜਿੱਥੇ ਕਹੋਂਗੇ ਖੜਾ ਹੋਣ ਨੂੰ ਵੀ ਤਿਆਰ ਠੀਕ ਸ਼ਮਲਾ ਸਾਹਿਬ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਇਹਦੇ ਇਹ ਗੱਲ ਦਾ ਕੋਈ ਸਾਬ ਕਿਤਾਬ ਨਹੀਂ ਲੱਗ ਰਿਹਾ ਕਿ ਕਿਸਾਨਾਂ ਅੰਦੋਲਨ ਕਦੋਂ ਜਾ ਕੇ ਖਤਮ ਹੋਏਗਾ ਕਦੋਂ ਰੇਲ ਗੱਡੀਆਂ ਚੱਲਣਗੀਆਂ ਕਦੋਂ ਇਹ ਮਾਮਲਾ ਹੱਲ ਹੋਏਗਾ ਇਸ ਦੇ ਤਿੰਨਾ ਬਿੱਲਾਂ ਦੇ ਉੱਪਰ ਸਾਨੂੰ ਜੋ ਜਾਣਕਾਰੀ ਹੈ ਉਹਦੇ ਮੁਤਾਬਕ ਕੇਂਦਰ ਸਰਕਾਰ ਨੂੰ ਕੋਈ ਨਾ ਕੋਈ ਉਹਦਾ ਵੇ ਆਊਟ ਕੱਢਣਾ ਪਏਗਾ ਕਿਸਾਨਾਂ ਨੂੰ ਜਿਹੜਾ ਇਥੋਂ ਕਣਕ ਤੇ ਝੋਨੇ ਦੀ ਖਰੀਦ ਤੇ ਉਸ ਦੇ ਨਾਲ ਜਿਹੜਾ ਕੰਟਰੈਕਟ ਐਕਟ ਆ ਉਹਦੇ ਨਾਲ ਹੋਲਡਿੰਗ ਇਹਨਾਂ ਦੇ ਬਾਰੇ ਕੋਈ ਨਾ ਕੋਈ ਤਬਦੀਲੀਆਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ ਜਾਂ ਨਵਾਂ ਕੋਈ ਆਰਡੀਨੈਂਸ ਲਿਆਉਣਾ ਪਏਗਾ ਇਹਦੇ ਉੱਪਰ ਬਹਿਸ ਜਾਰੀ ਹੈ ਤੇ ਅਗਲੀ ਮੀਟਿੰਗ ਜਿਹੜੀ 21 ਨਵੰਬਰ ਨੂੰ ਹੋਣ ਦੀ ਪੋਸੀਬਿਲਟੀ ਹੈ ਸ਼ਾਇਦ ਉਹਦੇ ਵਿੱਚ ਕੋਈ ਹੱਲ ਨਿਕਲ ਆਵੇ ਤੁਸੀਂ ਸਾਡੇ ਚੈਨਲ ਤੇ ਆਏ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਿਰ ਵੀ ਅਸੀਂ ਇਸ ਮੁੱਦੇ ਦੇ ਉੱਪਰ ਕੁਝ ਸਵਾਲ ਜਿਹੜੇ ਅਜੇ ਵੀ ਖੜੇ ਨੇ ਉਹਨਾਂ ਦੇ ਉੱਪਰ ਫਿਰ ਤੁਹਾਡੇ ਨਾਲ ਕਿਸੇ ਵੇਲੇ ਹੋਰ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ